नानक की प्रभु बेनती अपनी भक्ति लाए खात पीत खेल तो हस्त पर में जन्म अनेक पवजल ते काटो प्रभु पवजल ते काटो प्रभु नानक तेरी टेकू कबीर नौबत अपनी दिन दस ले हो बजाए नदी नाव संजोग जो दौर न मिल है आए परानी तू आयो लाहा लेना लगा कितक फकड़े लगा कितक फकड़े सब मुकदी चली रहना रात गुआई सोए कै दिवस गुआया खाए हीरे जैसा जन्म है कौडी बदले जाए कबीर कौडी कौडी जोर कै योरे लाख करोड़ चलती बार ना कश मिलो लई लंगोटी तोर जग रचना सब झूठ है जग रचना सब झूठ है जान ले और मीत कहो नानक तिर ना रह जो बालू की पीत राम गयो रामने गयो जाको बहु परवार कह नानक तिर कश नहीं सपने जो संसार चलो हर लहा आगे बसु सुहेला की चलो हर लहा आगे बसु सुहेला की
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੇ ਗੁਰੂ ਰੂਪ ਗੁਰਸਾਰੀ ਸਤਸੰਗ ਜੀਓ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਕਰਨ ਵਾਸਤੇ
ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜੇ ਨੂੰ ਆਪੋ ਆਪਣੇ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਲਗਾ ਕੇ ਸਫਲੇ ਕਰਨ ਦੀ ਖੇਤਲਾ ਜਾਣੀ ਕਿਰਪਾਲਤਾ ਕਰ। ਸਤਸੰਗ ਜੀ ਸਾਡੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਸਿਰਫ ਤੇ ਸਿਰਫ ਪਰਮੇਸ਼ੁਰ ਦਾ ਭਜਨ ਹੈ। ਜ਼ਿੰਦਗੀਆਂ ਰਹਿ ਕਿੰਨੀਆਂ ਕੁ ਗਈਆਂ, ਇੱਥੇ ਲੱਖ ਲੱਖ ਵਰੇ ਦੀ ਉਮਰਾਂ ਵਾਲੇ ਲੋਕ ਨਹੀਂ ਰਹੇ। ਸਤਯੁਗ ਦੇ ਵਿੱਚ ਸਤਯੁਗ ਦੇ ਲੋਕਾਂ ਦੀ ਉਮਰ ਲੱਖ ਹਜ਼ਾਰ ਵਰਾਂ ਮੰਨੀ ਹੈ। ਸਤਯੁਗ ਬੀਤਿਆ, ਤ੍ਰੇਤਾ ਯੁਗ ਆਇਆ, ਨੌ ਗੁਣਾ ਉਮਰ ਘਟ ਗਈ। ਤ੍ਰੇਤਾ ਯੁਗ ਦੇ ਲੋਕਾਂ ਦੀਆਂ ਉਮਰਾਂ 10,000 ਵਰੇ ਰਹਿ ਗਈਆਂ। ਜਿਹੜੀ ਉਮਰ ਲੱਖ ਵਰਾਂ ਹੁੰਦੀ ਸੀ ਸਤਯੁਗ ਵਿੱਚ, ਤ੍ਰੇਤਾ ਯੁਗ ਦੇ ਵਿੱਚ 9 ਗੁਣਾ ਘੱਟ ਕੇ ਯਾਨੀ 10,000 ਵਰਾਂ ਰਹੇ। ਉਦੋਂ ਕਿ ਦੁਆਪਰ ਆਇਆ, ਦੁਆਪਰ ਦੇ ਵਿੱਚ ਉਮਰ 9 ਗੁਣਾ ਹੋਰ ਘੱਟ ਗਈ, ਸਤਸੰਗਤ ਦੀ 1,000 ਵਰਾਂ ਰਹਿ ਗਈ। ਕਲਯੁਗ ਆਇਆ, 9 ਗੁਣਾ ਹੋਰ ਘੱਟ ਗਈ, 100 ਵਰੇ ਦੀ ਉਮਰ ਰਹਿ ਗਈ। ਵੈਸੇ ਤਾਂ ਸਾਡੇ ਵਿੱਚ 100 ਸਾਲ ਕੋਈ ਭਾਗਾਂ ਵਾਲਾ ਹੀ ਜ਼ਿੰਦਗੀ ਭੋਗ ਕੇ ਜਾਏਗਾ। ਸਾਡੀਆਂ ਖੁਰਾਕਾਂ ਪਛਾਕਣ ਠੀਕ ਨਹੀਂ ਰਹੀਆਂ, ਆਹਾਰ ਵਿਚਾਰ ਠੀਕ ਨਹੀਂ ਰਹੇ, ਉਮਰਾਂ ਹੋਰ ਘੱਟਦੀਆਂ ਜਾ ਰਹੀਆਂ ਨੇ। ਗੁਰੂ ਕੀ ਸੰਗਤ 65 ਸਾਲ ਦੇ ਨੇੜੇ ਜਾ ਕੇ ਜ਼ਿੰਦਗੀ ਦਾ ਅੰਤ ਹੋ ਜਾਂਦਾ। ਪਰ ਜੇਕਰ ਫਿਰ ਵੀ 100 ਵਾਰ ਉਮਰ ਮੰਨ ਲਈ ਜਾਏ, ਅੱਧੀ ਉਮਰ ਸੱਤਿਆਂ ਨਿਕਲ ਜਾਣੀ ਹੈ, ਰਹਿ ਗਈ ਜ਼ਿੰਦਗੀ ਦੇ 50 ਵਰੇ। ਉਹਦੇ ਵਿੱਚ ਕੰਮ ਕਾਰ ਵੀ ਕਰਨੇ ਹਨ, ਸਾਸ ਉਹਦੇ ਵਿੱਚ ਕਾਰ ਵਿਹਾਰ ਵੀ ਕਰਨੇ ਹਨ। ਉਹਦੇ ਵਿੱਚ ਸਾਡੇ ਕੋਲ ਕਿੰਨਾ ਕੁ ਸਮਾਂ ਜੋ ਅਸੀਂ ਵਹਿਰੂ ਦੀ ਯਾਦ ਵਿੱਚ ਲਾਈਏ। ਸਿਆਣਾ ਪੁਰਸ਼ ਗੁਰੂ ਕੀ ਸੰਗਤ ਵੱਧ ਤੋਂ ਵੱਧ ਸਮਾਂ ਸਤਸੰਗ ਵਿੱਚ ਬਿਤਾਉਂਦਾ ਹੈ, ਬਾਣੀ ਪੜ੍ਹਦਾ, ਨਾਮ ਜਪਦਾ, ਉੱਠਦੇ ਫਿਰਦੇ ਜਾਪ ਕਰਦਾ, ਉੱਠਦੇ ਬੈਠਦੇ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾ। ਦੁਨੀਆਂ ਤੁਰੀ ਜਾਂਦੀ ਹੈ, ਜਿਹੜੇ ਕੰਮ ਨੂੰ ਅਸੀਂ ਕਰਨ ਵਾਸਤੇ ਆਏ ਸੀ ਉਹ ਕੰਮ ਵਿੱਚ ਹੀ ਰਹਿ ਜਾਂਦਾ। ਕਰਨ ਵਾਸਤੇ ਆਏ ਸੀ ਵਹਿਰੂ ਪਰਮੇਸ਼ਰ ਦਾ ਭਜਨ, ਕਰਨ ਉਹ ਤੋਂ ਸੋਨਾ ਕੀ ਹੋ, ਪਰ ਉਹ ਲੋਭ ਕੈ ਫੰਦ ਨਾਨਕ ਸਮੇਂ ਰਮ ਗਏ ਅਬ ਕਿਉਂ ਰੋਵਤ। ਅੰਧ ਗੁਰੂ ਕੀ ਸੰਗਤ ਸਵਾਸ ਸਵਾਸ ਵਹਿਰੂ ਦਾ ਭਜਨ ਕਰਨਾ ਸੀ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਗੁਰੂ ਕੀ ਸੰਗਤ। ਪਰ ਇੱਥੇ ਸਵਾਸ ਸਵਾਸ ਨਾਲ ਮਾਇਆ ਮੰਗੀ ਜਾਂਦਾ, ਧਨੀ ਮੰਗੀ ਜਾਂਦਾ। ਮਾਇਆ ਮਨੋਂ ਨਾ ਵਿਸਰਾ ਮੰਗਿਆ ਦਮਾ, ਦਮ ਸੋ ਪਰ ਚੇਤਨ ਆਵੀ ਨਾਨਕ ਨਹੀਂ ਕਰਮ ਗੁਰੂ ਕੀ ਸੰਗਤ। ਜਿਨ੍ਹਾਂ ਤੇ ਕਿਰਪਾ, ਜਿਨ੍ਹਾਂ ਤੇ ਬਖਸ਼ਿਸ਼ ਹੈ, ਸਤਸੰਗਤ ਕਰਦੇ ਹਨ, ਨਾਮ ਜਪਦੇ ਹਨ, ਭਜਨ ਕਰਦੇ ਹਨ, ਗੁਰੂ ਕੀ ਸੰਗਤ ਆਪਣੇ ਜੀਵਨ ਨੂੰ ਸਫਲਿਆ ਕਰਦੇ ਹਨ। ਬੜੇ ਬੜੇ ਕਮਾਈਆਂ ਵਾਲੇ ਸਿੱਖ ਹੋਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਪੁਰਾਤਨ ਸਿੱਖਾਂ ਦਾ ਜੀਵਨ ਪੜ੍ਹ ਕੇ ਵੇਖੀ ਹੈ। ਉਹਨਾਂ ਨੂੰ ਸੋਚੀ ਸੀ, ਉਹਨਾਂ ਨੂੰ ਪਤਾ ਸੀ ਅਸੀਂ ਸੰਸਾਰ ਤੇ ਨਹੀਂ ਰਹਿਣਾ, ਕਹਿੰਦੇ ਵੈਗਰੂ ਪਤਾ ਸੀ ਉਹਨਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਦੁਨੀਆਂ ਚੰਦ ਰੋਜ਼ ਦਾ ਮੇਲਾ ਤਦੇ ਤਾਂ ਮਾਵਾਂ ਨੇ ਬੱਚਿਆਂ ਦੇ ਟੁਕੜੇ ਪਵਾ ਕੇ ਗਲਾਂ 'ਚ ਹਾਰ ਪਵਾਲਣਾ, ਬੱਚਿਆਂ ਦੀਆਂ ਅੰਦਰਾਂ ਗਲਾਂ 'ਚ ਪਵਾ ਲਈਆਂ। ਗੁਰੂ ਕਿਸ਼ਨ ਸਵਾ ਸਵਾ ਮਨ ਦੇ ਪੀਸਣ ਪੀਸਣ ਕੁਰਬਾਨ ਕਰ ਲਏ। ਪੜ੍ਹ ਕੇ ਦੇਖੋ ਮੀਰ ਮਨੂ ਦੁਸ਼ਟ ਦੀ ਦੇ ਰਾਜ ਦਾ ਜ਼ਿਕਰ, ਲਾਹੌਰ ਦੀ ਕੈਦ ਦੇ ਵਿੱਚ, ਜੇਲ੍ਹ ਦੇ ਵਿੱਚ ਸਾਡੀਆਂ ਮਾਵਾਂ ਦੇ ਬੱਚਿਆਂ ਦੇ ਟੁਕੜੇ ਕਰ ਕਰਕੇ, ਜਦੋਂ ਸਾਡੀਆਂ ਮਾਵਾਂ ਅਤੇ ਭੈਣਾਂ ਦੇ ਬੱਚਿਆਂ ਦੇ ਟੁਕੜੇ ਕਰ ਕਰਕੇ ਉਹਨਾਂ ਦੇ ਬੱਚਿਆਂ ਦੇ ਟੁਕੜਿਆਂ ਦੇ ਉਹਨਾਂ ਦੇ ਗਲੇ ਵਿੱਚ ਹਾਰ ਪਾਏਗਾ ਨਾ, ਅਤੇ ਸਾਡੀਆਂ ਮਾਵਾਂ ਅਤੇ ਭੈਣਾਂ ਜਿਵੇਂ ਅਸੀਂ ਗੁਰੂ ਘਰ ਦੇਖ ਲੈਂਦੇ ਹਾਂ, ਦੋਵੇਂ ਹੱਥ ਕਰਕੇ ਦੇਖ ਦੋਨਾਂ ਹੱਥਾਂ 'ਚ ਲੈ ਕੇ ਮੱਥੇ ਨੂੰ ਲਾਉਂਦੇ ਹਾਂ, ਸਾਡੀਆਂ ਮਾਵਾਂ ਅਤੇ ਭੈਣਾਂ ਦੇ ਬੱਚਿਆਂ ਦੇ ਜੋ ਟੁਕੜੇ ਕੀਤੇ ਜਾਂਦੇ, ਸਾਡੀਆਂ ਮਾਵਾਂ ਅਤੇ ਭੈਣਾਂ ਦੇ ਬੱਚਿਆਂ ਦੇ ਕੀਤੇ ਟੁਕੜੇ ਜਦੋਂ ਉਹਨਾਂ ਦੀਆਂ ਝੋਲੀਆਂ ਸੱਟੇ ਜਾਂਦੇ, ਸਾਡੀਆਂ ਮਾਵਾਂ ਭੈਣਾਂ ਨੇ ਉਹਨਾਂ ਦੀ ਅਰਦਾਸ ਹੈ, ਉਹਨਾਂ ਦੀ ਅਰਦਾਸ ਹੈ ਮਾਫ ਕਰਨਾ ਗੁਰੂ ਕੀ ਸੰਗਤ। ਸਾਡੀਆਂ ਮਾਵਾਂ ਅਤੇ ਭੈਣਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਆਪਣੀਆਂ ਝੋਲੀਆਂ 'ਚ ਪਵਾ ਕੇ ਨਾ ਆਪਣੇ ਮੱਥੇ ਨੂੰ ਲਾਏ ਅਤੇ ਆਖਿਆ ਸੀ ਧੰਨ ਗੁਰੂ ਗੋਬਿੰਦ ਸਿੰਘ, ਇਹ ਬੱਚੇ ਕਿੰਨੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸਾਡੀ ਤਾਂ ਕੁੱਖ ਸਫਲੀ ਕੀਤੀ ਹੀ ਹੈ, ਮਰ ਤਾਂ ਦੁਨੀਆਂ ਤੋਂ ਸਭ ਨੇ ਜਾਣਾ, ਇਹ ਬੱਚੇ ਕਿੰਨੇ ਭਾਗਾਂ ਵਾਲੇ ਨੇ ਜੋ ਜੰਮਦੇ ਹੀ ਧਰਮ ਦੇ ਲੇਖੇ ਲੱਗ ਗਏ, ਜੋ ਧਰਮ ਜੰਮਦੇ ਹੀ ਧਰਮ ਦੇ ਲੇਖੇ ਲੱਗ ਗਏ। ਗਰੀਬ ਨਵਾਜ ਇਹ ਬੱਚੇ ਕਿੰਨੇ ਭਾਗਾਂ ਵਾਲੇ ਹਨ। ਗੁਰੂ ਕਿਸ਼ਨ ਉਹਨਾਂ ਨੂੰ ਪਤਾ ਸੀ ਸੰਸਾਰ ਤੇ ਰਹਿਣਾ ਨੇ, ਚਰਖੜੀਆਂ ਤੇ ਚੜ੍ਹ ਗਏ, ਖੋਪਰ ਲੈ ਗਏ, ਭਾਈ ਤਾਰੂ ਸਿੰਘ ਵਰਗਿਆਂ ਦੇ
ਬੰਦ ਬੰਦ ਕੱਟੇ ਗਏ ਭਾਈ ਮਨੀ ਸਿੰਘ ਵਰਗਿਆਂ ਦੇ ਸਿੱਖ ਦੀ ਜ਼ਿੰਦਗੀ ਖਾਲਸਾ ਜੀ ਮਾਫ ਕਰਨ ਗੁਰੂ ਚਰਨਾਂ ਦੇ ਤੋਂ ਸ਼ੁਰੂ ਹੋ ਕੇ ਕੱਲ ਵੀ ਕੀਰਤਨ ਗੱਲ ਚੱਲੀ ਸੀ ਵੀ ਗੁਰੂ ਚਰਨਾਂ ਵਿੱਚ ਹੀ ਖਤਮ ਹੋ ਜਾਂਦੀ ਹੈ। ਸਤਸੰਗ ਜੀ ਕਬੀਰ ਮੋਹੇ ਮਰਨੇ ਕਾ ਚਾਉ ਹੈ, ਕਿਸੇ ਦੇ ਘਰੇ ਬੱਚਾ ਜਨਮ ਲੈ ਲਵੇ ਚਾਹ ਹੈ, ਕੋਈ ਚੰਗਾ ਘਰ ਬਣਾ ਲਵੇ ਚਾਹ ਹੈ, ਕਿਸੇ ਦਾ ਬੱਚਾ ਪੜ੍ਹ ਲੈ ਕੇ ਚੰਗਾ ਵੱਡਾ ਅਫਸਰ ਬਣ ਜਾਏ, ਡਾਕਟਰ ਬਣ ਜਾਏ, ਇੰਜੀਨੀਅਰ ਬਣ ਜਾਏ, ਉਹਦੇ ਮਨ ਵਿੱਚ ਚਾਉ ਹੈ। ਚਾਉ ਹੈ ਕਿਸੇ ਦਾ ਬਿਜ਼ਨਸ ਚੰਗਾ ਚੱਲ ਪਏ, ਮਨ ਵਿੱਚ ਚਾਉ ਹੈ। ਪਰ ਖਾਲਸਾ ਜੀ ਕਿਸੇ ਦਾ ਬੱਚਾ ਮਰ ਜਾਏ ਕਦੀ ਨਹੀਂ ਕੋਈ ਕਹਿੰਦਾ ਸਾਡੇ ਮਨ ਵਿੱਚ ਬੜਾ ਚਾਅ ਹੈ। ਕਿਸੇ ਨੂੰ ਕਿਸੇ ਬਿਜ਼ਨਸ ਕਾਰੋਬਾਰ ਵਿੱਚ ਘਾਟਾ ਪੈ ਜਾਏ ਕੋਈ ਨਹੀਂ ਕਹਿੰਦਾ ਕਿ ਸਾਡੇ ਮਨ ਵਿੱਚ ਬੜਾ ਚਾਉ ਹੈ। ਕਿਸੇ ਦੇ ਘਰ ਨੂੰ ਅੱਗ ਲੱਗ ਜਾਏ ਕੋਈ ਨਹੀਂ ਕਹਿੰਦਾ ਸਾਡੇ ਘਰ ਵਿੱਚ ਬੜਾ, ਸਾਡੇ ਮਨ ਵਿੱਚ ਬੜਾ ਚਾਉ ਹੈ। ਪਰ ਇੱਥੇ ਨਾਮ ਦੇ ਜਪਣ ਵਾਲਿਆਂ ਨੇ ਇਹ ਗੱਲ ਕਹਿਤੀ ਗਰੀਬ ਨਵਾਜ, ਜੇ ਅਸੀਂ ਮਰੀਏ ਤੇ ਤੇਰੇ ਚਰਨਾਂ ਵਿੱਚ, ਜੇ ਜੀਏ ਤੇ ਤੇਰੇ ਚਰਨਾਂ ਵਿੱਚ, ਮੋਹੇ ਮਰਨੇ ਕਾ ਚਾਉ ਹੈ। ਮੋਹੇ ਮਰਨੇ ਕਾ ਚਾਉ ਹੈ, ਮਰੋ ਤੋਂ ਹਰ ਕੇ ਦੁਆਰ, ਮਾਤਰ ਪੁੱਛੈ ਕੌਣ ਹੈ। ਪਰ ਹਮਾਰੇ ਬਾਹਰ ਗੁਰੂ ਕੀ ਸੰਗਤ ਸਰੀਰ ਦੇ ਦੋ ਪ੍ਰਯੋਜਨ ਹਨ, ਤਨ ਕਰਕੇ ਧਰਮ ਦੀ ਕਿਰਤ ਕਰਨੀ। ਕਹਿ ਦਿਓ ਵਾਹਿਗੁਰੂ, ਤਨ ਕਰਕੇ ਧਰਮ ਦੀ ਕਿਰਤ ਕਰਨੀ ਤੇ ਮਨ ਕਰਕੇ ਨਾਮ ਜਪਣਾ ਗੁਰੂ ਕੀ ਸੰਗਤ, ਤਨ ਕਰਕੇ ਧਰਮ ਦੀ ਕਿਰਤ ਕਰਕੇ ਦਸਵਾਂ ਦਸਵੰਧ ਗੁਰੂ ਘਰ ਵਿੱਚ ਦੇਣਾ, ਤੇ ਮਨ ਕਰਕੇ ਅੱਠੋ ਪੈਰ ਉੱਠ ਤੇ ਬੈਠ ਤੇ ਸੋਭਤ ਨਾਮ ਕਹੋ ਨਾਨਕ ਜਨ ਕੇ। ਸਦ ਕੰਮ ਪੁੱਛਿਆ ਸੀ ਨਾ ਸਤਿਗੁਰੂ ਗੁਰੂ ਰਾਮਦਾਸ ਜੀ ਮਾਰ ਦੇ ਚਰਨਾਂ ਵਿੱਚ, ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਪੁੱਛਿਆ ਸੀ ਨਾ ਸਤਿਗੁਰੂ ਗੁਰੂ ਰਾਮਦਾਸ ਜੀ ਮਾਰ ਦੇ ਚਰਨਾਂ ਵਿੱਚ, ਗੁਰੂ ਕੇ ਸਿੱਖਾਂ ਨੇ ਬੇਨਤੀ ਕਰਦੇ ਕਿਸੇ ਮੌਕੇ, ਮਹਾਰਾਜ ਕਿਰਪਾ ਕਰਕੇ ਦੱਸਣ ਕਰੋ ਕਿ ਸਿੱਖ ਦੀ ਪਰਿਭਾਸ਼ਾ ਕੀ ਹੈ, ਸਿੱਖ ਦੀ ਡੈਫੀਨੇਸ਼ਨ ਕੀ ਹੈ, ਸਿੱਖ ਦੀ ਪਰਿਭਾਸ਼ਾ ਕੀ ਹੈ। ਉਸ ਮੌਕੇ ਸਤਿਗੁਰੂ ਗੁਰੂ ਅਮਰਦਾਸ ਜੀ, ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਸ਼ਬਦ ਉਚਾਰਨ ਕਰਦੇ ਸਮਝਾਇਆ ਸੀ, ਸਿੱਖੋ ਸਿੱਖ ਬਣਨਾ। ਕਹਦੇ ਵਾਹਿਗੁਰੂ, ਸਿੱਖ ਬਣਨਾ, ਸਿੱਖ ਬਣਨਾ, ਸਿੱਖ ਬਣਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭੜਕੈ, ਉੱਠ ਹਰਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਪੁੱਛਿਆ ਸੀ ਬਾਬਾ ਲਹਿਣਾ ਜੀ ਦੇ ਚਰਨ, ਬਾਬਾ ਲਹਿਣਾ ਜੀ ਨੇ ਕਿਸੇ ਮੌਕੇ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ, ਮਹਾਰਾਜ ਕਿਰਪਾ ਕਰਕੇ ਦਰਸ਼ਨਾ ਕਰੋ। ਆਪ ਕਹਿੰਦੇ ਹੋ ਕਿ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ, ਕਿ ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਵੀ ਕੋਈ ਫਲ ਹੈ। ਗੁਰਦੇਵ ਲੱਗੇ ਕਹਿਣ, ਲਹਿਣਾ ਜੀ ਜੋ ਸਿੱਖ ਰਾਤ ਦੇ 2 ਵਜੇ ਉੱਠ ਕੇ ਇਸ਼ਨਾਨ ਕਰਦੇ ਨੇ ਉਹਦਾ ਫਲ ਇੰਨਾ ਕਿ ਜਿਵੇਂ 1.25 ਮਣ ਸੋਨਾ ਦਾਨ ਕਰ ਦਿੱਤਾ ਹੋਵੇ। ਮਾਫ ਕਰਨਾ, ਜਿਹੜੇ ਸਿੱਖ 3 ਵਜੇ ਉੱਠ ਕੇ ਇਸ਼ਨਾਨ ਕਰਦੇ ਨੇ ਉਹਦਾ ਫਲ 1.25 ਮਣ ਚਾਂਦੀ ਦੇ ਦਾਨ ਦੇ ਬਰਾਬਰ ਦੱਸਿਆ। ਲਹਿਣਾ ਜੀ ਜਿਹੜੇ 4 ਵਜੇ ਉੱਠ ਕੇ ਇਸ਼ਨਾਨ ਕਰਦੇ ਨੇ ਉਹਦਾ ਫਲ ਇਤਨਾ ਦੱਸਣ ਕੀਤਾ ਜਿਵੇਂ 100 ਗਊ ਦਾਨ ਕਰ ਦਿੱਤੀ ਹੋਵੇ। ਜਿਹੜੇ 5 ਵਜੇ ਉੱਠ ਕੇ ਇਸ਼ਨਾਨ ਕਰਦੇ ਆ, ਮਾਫ ਕਰਨਾ ਗੁਰੂ ਕੀ ਸੰਗਤ, ਉਹਦਾ ਫਲ ਇਤਨਾ ਜਿਵੇਂ 1.25 ਮਣ ਪਾਣੀ ਦਾਨ ਕਰ ਦਿੱਤਾ ਹੋਵੇ। ਪਰ ਕਬੀਰ ਜੀ ਫਰਮਾਉਂਦੇ ਨੇ ਜਿਹੜੇ ਸੂਰਜ ਚੜ੍ਹੇ ਉੱਠ ਕੇ ਨਹਾਉਂਦੇ ਨੇ ਬਸ ਉਹ ਤਾਂ ਫਿਰ ਡੱਡੂ ਦਾ ਹੀ ਇਸ਼ਨਾਨ, ਡੱਡੂ ਹਮੇਸ਼ਾ ਹੀ ਪਾਣੀ 'ਚ ਰਹਿੰਦਾ। ਜਲ ਕੇ ਮੱਝਣ ਜਗਤ ਧੋਵੈ ਨਿਤਨਿਤ ਮੈਂਢਕ, ਨਿਤਨਿਤ ਮੈਂਢਕ ਨਹਾਵੈ ਜੈਸੇ ਮੈਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ। ਮਾਫ ਕਰਨਾ ਗੁਰੂ ਕੀ ਸੰਗਤ, ਫਿਰ ਤੇ ਉਹ ਡੱਡੂ ਵਾਲਾ ਇਸ਼ਨਾਨ ਹੈ। ਪਰ ਮਾਫ ਕਰਨਾ ਗੁਰੂ ਕੀ ਸੰਗਤ, ਇੱਕ ਅਮਰੀਕਾ ਦਾ ਡਾਕਟਰ ਲਿਖਦਾ, ਬੜੀ ਕਮਾਲ ਦੀ ਗੱਲ ਕਹੀ, ਉਹ ਬੜੀ ਕਮਾਲ ਦੀ ਗੱਲ ਕਹਿੰਦਾ, ਮੈਂ ਹੈਰਾਨ ਸਾਂ ਕਿ ਸਿੱਖ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਿਉਂ ਕਰਦੇ ਆ। ਮਾਫ ਕਰਨਾ, ਉਹ ਅਮਰੀਕਾ ਦਾ ਡਾਕਟਰ ਲਿਖਦਾ, ਉਹ ਕਹਿੰਦਾ ਕਿ ਮੈਂ ਇਸ ਨਿਚੋੜ ਦੇ ਉੱਤੇ ਪਹੁੰਚਿਆ, ਜਿਹੜਾ ਬੰਦਾ ਸੂਰਜ ਚੜ੍ਹਨ ਤੋਂ ਪਹਿਲਾਂ, ਸੂਰਜ ਨਿਕਲਣ ਤੋਂ ਪਹਿਲਾਂ ਇਸ਼ਨਾਨ ਕਰਦਾ ਉਹਨੂੰ ਕੈਂਸਰ ਦੀ ਬਿਮਾਰੀ ਨਹੀਂ ਹੋ ਸਕਦੀ। ਖਾਲਸਾ ਜੀ ਐਵੇਂ ਨਹੀਂ ਕਿਹਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਸਤਿਗੁਰੂ ਗੁਰੂ ਅਰਜਨ ਦੇਵ ਫਰਮਾਉਂਦੇ ਨੇ, ਮੰਤਨ ਭੈ ਕਰੋਗਾ ਕੋਟ ਬਿਘਨ ਨਾਥੇ ਪ੍ਰਭ ਸ਼ਰਨਾ ਪ੍ਰਗਟੇ ਭਲੇ ਸੰਯੋਗਾ। ਗੁਰੂ ਕੀ ਸੰਗਤ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ, ਇਸ਼ਨਾਨ ਕਰਨ ਦੇ ਨਾਲ ਜਿਸਮਾਨੀ ਸਰੀਰਕ ਬਿਮਾਰੀਆਂ ਦਾ ਨਾਸ ਹੋਇਆ ਕਰਦਾ। ਨਾਮ ਜਪਣ ਦੇ ਨਾਲ ਮਨ ਦੀਆਂ ਬਿਮਾਰੀਆਂ, ਜਿਹੜੀਆਂ ਸਰੀਰਕ ਬਿਮਾਰੀਆਂ ਦੇ ਨਾਲੋਂ ਵਧੇਰੇ ਖਤਰਨਾਕ ਹਨ, ਉਹਨਾਂ ਬਿਮਾਰੀਆਂ ਦਾ ਨਾਸ ਹੁੰਦਾ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ। ਮਾਫ ਕਰਨਾ, ਨਾਮ ਜਪਦੇ ਨੇ ਉਹਨਾਂ ਦੀਆਂ ਸਰੀਰਕ ਜਿਸਮਾਨੀ ਔਰ ਗੁਰੂ ਕਿਸਮ ਮਾਨਸਿਕ ਦੋਨਾਂ ਹੀ ਬਿਮਾਰੀਆਂ ਦਾ ਨਾਸ ਹੋਇਆ ਕਰਦਾ। ਉਹਨਾਂ ਦੀ ਇੱਥੇ ਦੀ ਜ਼ਿੰਦਗੀ ਸੱਚਖੰਡ ਵਾਂਗੂ ਗੁਜ਼ਰਦੀ, ਔਰ ਉਹਨਾਂ ਦਾ ਆਉਣ ਵਾਲਾ ਸਮਾਂ, ਆਗਾਮੀ ਸਮਾਂ ਫਿਊਚਰ ਕਹਿ ਲਓ, ਉਹਨਾਂ ਦੀ ਅਗਲੀ ਜ਼ਿੰਦਗੀ ਕਹਿ ਲਓ, ਗੁਰੂ ਕਿਸਮ ਬੜੀ ਸਵਾਇਮਾਨ ਹੋਇਆ ਕਰਦੀ। ਤਦੇ ਪਾਤਸ਼ਾਹ ਫਰਮਾਉਂਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ,
ਮਨ ਤਨ ਪੈ ਅਰੋਗਾ ਜੀ ਕਰ ਇਸ਼ਨਾਨ ਸਿਮਰ ਭਾਵੇਂ ਆਪਣਾ ਮਨ ਤਨ ਪੈ ਅਰੋਗਾ ਜੀ ਕਰ ਇਸ਼ਨਾਨ ਸਿਮਰ ਭਾਵੇਂ ਆਪਣਾ Thank you.
ਚੜੇ ਦਿਵਸ ਗੁਰਬਾਣੀ ਗਾਵੇ ਸੱਸ ਜਿਸਨੂੰ ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਫਿਰ ਜੋ ਸੱਸ ਗ੍ਰਸ ਧਿਆਈ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਨ ਨਾਨਕ ਧੂਰ ਮੰਗੇ ਤਿਸ ਗੁਰਸਿੱਖੀ ਜਪਾਵ ਜਪੈ ਅਵਰੈ ਨਾਮ ਜਪਾਵ ਸਾਰੇ ਗੱਜ ਵਿੱਚ ਕੇ ਪੜੇ ਸਿੱਖ ਦੀ ਜ਼ਿੰਦਗੀ ਦੱਸਦੇ ਹਨ ਇਸ ਸ਼ਬਦ ਦੇ ਵਿੱਚ ਸੋਈ ਸਿੱਖ ਦੇ ਗੁਰਾਂ ਦਾ ਮਨ ਪਾਵੇ ਜੋ ਸਾਥ ਜਪੇ ਨਾਮ ਨੂੰ ਸਾਪਾ ਜਪੇ ਮਨ ਜੀ ਬਾਬਾ ਬਾਬਾ
ਸਿੱਖ ਗੁਰੂ ਦੇ ਮਨ ਨੂੰ ਪਾਉਂਦਾ ਹੈ। ਜਗਤ ਜਲੰਧਰ ਦਾ ਉਦਾਰ ਕਰਦੇ ਕਰਦੇ ਸਤਿਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਕਿਸੇ ਸਮੇਂ ਲਾਹੌਰ ਦੀਆਂ ਸੰਗਤਾਂ ਦਾ ਉਦਾਰ ਕਰਨ ਵਾਸਤੇ ਪੁੱਜੇ। ਇੱਕ ਸਮਾਂ ਨਿਯਤ ਕੀਤਾ ਹੋਇਆ ਪਿਛਲੇ ਪਹਿਰ ਦੇ ਹਜ਼ੂਰ ਦੇ ਰੂਹਾਨੀ ਦਰਬਾਰ ਲੱਗਦੇ ਹਨ। ਆਈਆਂ ਗਈਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਗੁਰੂ ਸਾਹਿਬ ਨਾਮ ਬਾਣੀ ਨਾਲ ਜੋੜਦੇ ਹਨ। ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਉਹਨਾਂ ਸਮੇਂ 'ਚ ਸਾਡੇ ਦੇਸ਼ 'ਚ ਅੱਜ ਦੀ ਤਰ੍ਹਾਂ ਨਿਊਜ਼ ਪੇਪਰ ਅਖਬਾਰ ਨਹੀਂ ਸੀ ਨਿਕਲਦੀ, ਅੱਜ ਸੰਹਿਤਾ ਜ਼ਮਾਨਾ ਹੈ, ਟੀ ਵੀ ਦਾ ਯੁੱਗ ਨਹੀਂ ਸੀ, ਰੇਡੀਓ ਦਾ ਯੁੱਗ ਨਹੀਂ ਸੀ। ਜਦੋਂ ਕੋਈ ਮਹਾਂਪੁਰਸ਼ ਬ੍ਰਹਮ ਗਿਆਨੀ ਤਤਵੇਤਾ ਨਗਰ ਵਿੱਚ ਜਾਂ ਸ਼ਹਿਰ ਵਿੱਚ ਆਉਂਦਾ ਇੱਕ ਮਹੱਲੇ ਜਾ ਕੇ ਠਹਿਰਦਾ, ਬੜੇ ਬੜੇ ਨੂੰ ਪਤਾ ਨਹੀਂ ਸੀ ਲੱਗਿਆ ਕਰਦਾ। ਗੁਰੂ ਕੀ ਸੰਗਤ ਇੱਥੇ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗਦਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਗੁਰੂ ਕੀ ਸੰਗਤ ਗੁਰੂ ਸਾਹਿਬ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਗੁਰੂ ਕੀ ਸੰਗਤ ਨਿਰੰਕਾਰ ਦੇ ਚਰਨਾਂ ਨੂੰ ਬਾਣੀ ਦੇ ਵਹਿਰ ਦੇ ਚਰਨ ਨਾਲ ਜੋੜਦੇ ਹਨ। ਇੱਥੇ ਦੇ ਰਹਿਣ ਵਾਲੇ ਸੰਮਣ ਮੂਸਨ ਗੁਰੂ ਕੀ ਸੰਗਤ ਗੁਰੂ ਕੇ ਤੋਤ ਬੜੇ ਗਰੀਬ ਸਿੱਖ ਪਿਓ ਪੁੱਤ, ਮਾਫ ਕਰਨਾ, ਸੰਮਣ ਦੇ ਘਰ ਵਾਲੀ ਕਹਿ ਲਓ, ਮੂਸਨ ਦੀ ਮਾਂ ਕਹਿ ਲਓ, ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਇਹਨਾਂ ਨੂੰ ਪਤਾ ਲੱਗਾ ਗੁਰੂ ਕੀ ਸੰਗਤ ਬੜੀ ਮਿਹਨਤ ਮਜ਼ਦੂਰੀ ਕਰਕੇ, ਸਾਸ ਕਿਰਤ ਕੋਈ ਹੋਵੇ ਉਹ ਧਰਮ ਦੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਕੋਈ ਗੁਨਾਹ ਨਹੀਂ। ਗੁਨਾਹ ਹੈ ਚੋਰੀ 'ਚ, ਗੁਨਾਹ ਹੈ ਬੇਈਮਾਨੀ 'ਚ, ਗੁਨਾਹ ਹੈ ਠੱਗੀ ਵਿੱਚ, ਗੁਨਾਹ ਹੈ ਹੇਰਾ ਫੇਰੀ ਵਿੱਚ। ਧਰਮ ਦੀ ਕਿਰਤ ਸਾਧ ਸੰਗਤ ਦੀ ਮਾਫ਼ ਕਰਨ ਕੋਈ ਵੀ ਹੋਵੇ, ਕਿਰਤ ਕੋਈ ਵੀ ਹੋਵੇ, ਜੋ ਦਸਾਂ ਨਾਮਾਂ ਦੀ ਕਿਰਤ ਆ ਉਹਦੇ ਵਿੱਚ ਕੋਈ ਗੁਨਾਹ ਨਹੀਂ। ਗੁਰੂ ਕਿਸਮ ਹੋਇਆ ਕਰਦਾ ਇਹ ਸੰਮਣ ਮੂਸਮ ਦੋਵੇਂ ਗੁਰੂ ਕੀ ਸੰਗਤ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦੇ, ਉੱਠਦੇ ਬੈਠਦੇ ਨਾਮ ਜਪਦੇ, ਭਜਨ ਕਰਦੇ, ਸਿਮਰਨ ਕਰਦੇ, ਬੜੇ ਜੀਵਨ ਵਾਲੇ ਸਿੱਖ ਸਨ। ਸਤਸੰਗ ਜੀ ਇਹਨਾਂ ਨੂੰ ਪਤਾ ਲੱਗਾ, ਕਈ ਦਿਨ ਗੁਜ਼ਰ ਗਏ, ਇਹਨੂੰ ਪਤਾ ਲੱਗਾ ਵੀ ਸਾਡੇ ਲਾਹੌਰ ਦੇ ਵਿੱਚ ਸਤਿਗੁਰ ਗੁਰੂ ਅਰਜਨ ਦੇਵ ਆਏ ਹੋਏ ਨੇ। ਸੱਸ ਉਹ ਤਾਹਾਂ ਨਿਕਲ ਗਈ, ਸਾਡੇ ਘਰ ਹੀ ਜਿਵੇਂ ਗੰਗਾ ਚੱਲ ਕੇ ਆ ਜਾਏ ਜੇ ਕੋਈ ਇਸ਼ਨਾਨ ਕਰ ਸਕੇ। ਇੱਧਰ ਇਹ ਦੋਵੇਂ ਪਿਓ ਪੁੱਤ ਉਹ ਸਾਡੇ ਲਾਹੌਰ ਸ਼ਹਿਰ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਚਰਨ ਪਾਏ ਹੋਣ, ਅਸੀਂ ਕਿਤਨੇ ਮਤ ਭਾਗੇ ਜੋ ਸਤਸੰਗ ਜੀ ਸਾਨੂੰ ਪਤਾ ਹੀ ਨਹੀਂ ਲੱਗਿਆ। ਘਰ ਗੁਰੂ ਕਿਸਮ ਚਾ ਚੜ ਗਿਆ, ਸਵੇਰੇ ਸਵੇਰੇ ਗੁਰੂ ਕਿਸਮ ਦੋਵੇਂ ਪਿਓ ਪੁੱਤਰ ਮਨ ਲੋਚਦਾ ਪ੍ਰੀਤਮਾ ਮੇਰਾ ਤੇਰੀਆਂ ਦਿਦਾਰੀਆਂ ਹਨ ਜੀਵਨ ਚਰਨ ਚ ਬੇਨਤੀ ਕਰਕੇ
ਤੇ ਗੁਰੂ ਸਾਨੂੰ ਆਪਣੇ ਘਰ ਲਿਆਈਏ, ਗੁਰੂ ਸਾਹਿਬ ਦੇ ਚਰਨ ਪਵਾਈਏ, ਨਾਲੇ ਪ੍ਰਸ਼ਾਦਾ ਪਾਣੀ ਦੀ ਸੇਵਾ ਕਰੀਏ, ਨਾਲੇ ਸੰਗਤਾਂ ਦੀ ਸੇਵਾ ਕਰੀਏ। ਖੈਰ ਪਿਓ ਪੁੱਤਾਂ ਨੇ ਵਿਚਾਰਿਆ ਕੋਲ ਪੈਸਾ ਨਹੀਂ ਹੈ, ਉਹਨਾਂ ਸਮਿਆਂ ਵਿੱਚ ਸਾਡੇ ਦੇਸ਼ ਦੇ ਵਿੱਚ ਅੱਜ ਦੀ ਤਰ੍ਹਾਂ ਸਾਸਨ ਬੈਂਕ ਵਗੈਰਾ ਨਹੀਂ ਸੀ ਆਏ, ਲੈਣ ਦੇਣ ਦਾ ਕੰਮ ਸੀ ਜਿਹੜਾ ਉਹ ਸ਼ੁਭਕਾਰਾਂ ਦੇ ਰਾਹੀਂ ਕੀਤਾ ਜਾਂਦਾ। ਸੰਮਤ ਤੇ ਮੁਸਲਮ ਗੁਰੂ ਕੀ ਸੰਗਤ ਮੁਹੱਲੇ ਦੇ ਵਿੱਚ ਕਹਿ ਲਓ ਸਾਸਨ ਇੱਕ ਕਰੋੜਾਪਤੀ ਸ਼ੁਭਕਾਰ ਸੀ ਉਹਦੇ ਪਾਸ ਗਏ, ਜਾ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸ਼ਾਹ ਜੀ ਸ਼ੇਰ ਜੀ ਸਾਨੂੰ 500 ਰੁਪਏ ਦੀ ਲੋੜ ਹੈ, ਸਾਡਾ ਵਾਅਦਾ ਰਿਹਾ, ਅਸੀਂ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਗ੍ਰਹਿ ਵਿਖੇ ਲਿਆ ਕੇ ਚਰਨ ਪਾਉਣੇ ਹਨ, ਸੰਗਤਾਂ ਦੀ ਸੇਵਾ ਕਰਨੀ ਹੈ, ਸਾਡਾ ਵਾਅਦਾ ਰਿਹਾ, ਅਸੀਂ ਜੋ ਤੈਥੋਂ ਉਧਾਰ ਮੰਗਦੇ ਹਾਂ ਸਮੇਤ ਵਿਆਜ ਮੋੜਾਂਗੇ, ਸਿਰ ਦੀ ਕੀਮਤ ਚੁਕਾ ਕੇ ਵੀ ਅਸੀਂ ਇਹਨੂੰ ਵਾਪਸ ਕਰਾਂਗੇ। ਮਾਫ਼ ਕਰਨਾ ਗੁਰੂ ਕੀ ਸੰਗਤ, ਖੈਰ ਸੇਠ ਮੰਨ ਗਿਆ, ਕੋਈ ਗੱਲ ਨਹੀਂ, ਸੰਮਨ ਮੂਸਨ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ, ਤੁਸੀਂ ਪਰਸੋਂ ਆ ਕੇ ਕੱਲ੍ਹ ਨੂੰ ਆ ਕੇ ਮੇਰੇ ਪਾਸੋਂ ਸਾਸੋਂ ਇਹ 500 ਰੁਪਈਆ ਲੈ ਜਾਣਾ, ਉਹਨਾਂ ਸਮੇਂ 'ਚ ਲੈਣ ਦੇਣ ਦਾ ਕੰਮ ਸ਼ੁਭਕਾਰਾਂ ਦੇ ਰਾਹੀਂ ਕੀਤਾ ਜਾਂਦਾ। ਚਾਹ ਚੜ੍ਹ ਗਿਆ ਪਿਓ ਪੁੱਤ ਨੂੰ, ਗੁਰੂ ਕੀ ਸੰਗਤ ਪਿਓ ਪੁੱਤਾਂ ਨੂੰ ਚਾਹ ਚੜ੍ਹ ਗਿਆ ਕਿ ਪੈਸੇ ਸੇਠ ਪਾਸੋਂ ਮਿਲ ਹੀ ਜਾਣੇ ਹਨ, ਕਾਲ ਖਾਏ ਕਿ ਸ਼ਰਤ ਹੁੰਦੇ, ਨਾਨਕ ਰਹਾ ਪਛਾਣੇ ਸੀ, ਦੇਖੋ ਸਾਸੰਗ ਕੈਸੇ ਕੈਸੇ ਸਿੱਖ ਹੋਏ। ਸੰਮਨ ਤੇ ਮੁਸਲ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਅਰਜਨ ਦੇ ਮਹਾਂ ਦੇ ਚਰਨਾਂ ਵਿੱਚ ਪੁੱਜਦੇ ਹਨ, ਸਾਸੰਗ ਜਿੱਥੇ ਗੁਰੂ ਕੇ ਦਰਬਾਰ ਕਰਨ ਵਾਲੀਆਂ ਸੰਗਤਾਂ, ਕੋਈ ਗੁਰੂ ਕੇ ਦਰਬਾਰ ਵਿੱਚ ਬੈਠੀਆਂ ਬੜੇ ਬੜੇ ਕਮਾਈਆਂ ਵਾਲੇ ਸਿੱਖ, ਅੱਗੇ ਸਿੱਖਾਂ ਦਾ ਨਾਮ ਜਪਣ ਤੇ ਜ਼ੋਰ ਹੁੰਦਾ ਜੀ ਗਲਤ, ਜਾਂ ਨਿੰਦਾ ਤੇ ਜ਼ੋਰ ਹੈ, ਜਾਂ ਚਰਚਾ ਕੁਚਰਤਾ ਜੀ ਜ਼ੋਰ ਹੈ, ਜਾਂ ਵਾਦ ਵਿਵਾਦ ਤੇ ਜ਼ੋਰ ਹੈ, ਕਰਨਾ ਕੱਖ ਨਹੀਂ, ਆਹ 3 ਪੜ੍ਹ ਲਓ 5 ਪੜ੍ਹ ਲਓ, ਇਹ ਨਹੀਂ ਪੜ੍ਹਨੀਆਂ ਵੋ ਨਹੀਂ ਪੜ੍ਹਨੀਆਂ, ਕਰਨਾ ਕੱਖ ਨਹੀਂ, ਜਿਹਨਾਂ ਨੇ ਪੜ੍ਹਨੀਆਂ ਨੇ ਉਹ ਤਾਂ 100-100 ਪਾਠ 'ਚ ਵੀ ਜੀ ਸਾਧ ਰੋਜ਼ ਤਾਂ ਕਰਦੇ ਹਨ, ਜਿਹਨਾਂ ਨੇ ਕਰਨਾ ਹੈ। ਸਾਸੰਗ ਸਿੱਖ ਦੀ ਜ਼ਿੰਦਗੀ 'ਚ ਚਰਚਾ ਕੁਚਰਚਾ ਨਹੀਂ, ਨਿੰਦਾ ਚੁਗਲੀ ਨਹੀਂ, ਕਿਚ ਵਿੱਚ ਨਹੀਂ, ਨਿੰਦਾ ਭਲੀ ਕਿਸੇ ਦੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕਾ ਨਰਕੇ ਘੋਰ, ਪਵਨ ਗੁਰੂ ਕੀ ਸੰਗਤ ਨਿੰਦਾ ਚੁਗਲੀ ਹੈ ਕੁਛ ਨਹੀਂ ਹੈ, ਕੋਈ ਹੋਰ ਥੋੜ੍ਹਾ ਲੱਗਦਾ, ਕਹਦੇ ਵਾਹਿਗੁਰੂ, ਉਹ ਕੋਈ ਹੋਰ ਥੋੜ੍ਹਾ ਲੱਗਦਾ, ਜਾਂ ਕਿਸੇ ਗੱਡੀ ਦੇ ਗੇਅਰ ਬਦਲਣੇ ਪੈਂਦੇ ਨੇ, ਜ਼ਬਾਨ ਹੀ ਗੰਦੀ ਕਰਨੀ ਪੈਂਦੀ ਹੋਰ ਕੀ ਕਰਨਾ ਪੈਂਦਾ, ਕਹਦੇ ਵਾਹਿਗੁਰੂ, ਜ਼ਬਾਨ ਹੀ ਹਿਲਾਉਣੀ ਪੈਂਦੀ ਹੋਰ ਕੀ ਕਰਨਾ ਪੈਂਦਾ, ਮਾਫ਼ ਕਰਨਾ ਗੁਰੂ ਕੀ ਸੰਗਤ, ਗੁਰੂ ਦਾ ਸਿੱਖ ਕਿਸੇ ਦੀ ਵੀ ਨਿੰਦਾ ਨਹੀਂ ਕਰਦਾ, ਮਾਫ਼ ਕਰਨਾ ਸਭੇ ਅਵਖਤ ਕੀਤੀਆਂ ਨਿੰਦਕਾ ਦਾਰੂ ਨਾਹੀਂ, ਸਾਰੀਆਂ ਬਿਮਾਰੀਆਂ ਦੇ ਇਲਾਜ ਹਨ, ਪਰ ਮਹਾਰਾਜ ਕਹਿੰਦੇ ਫਰਮਾਉਂਦੇ ਹਨ ਕਿ ਨਿੰਦਕ ਦਾ ਕੋਈ ਵੀ ਦਾਰੂ ਨਹੀਂ ਹੈ, ਨਾਨਕ ਨਾਨਕ ਨਾਮੇ ਹੁਣਿਆ ਜਸਨ ਜਨਮ ਗੁਆਏ, ਨਾਮ ਤੁਹੀਣੇ ਪੁਰਸ਼ ਹਨ ਜਿਹੜੇ ਨਿੰਦਾ ਚੁਗਲੀ ਕਿਚ ਵਿੱਚ ਕਰਦੇ ਹਨ, ਰਿਜ਼ਲਟ ਕੀ ਨਿਕਲਦਾ, ਗੁਰੂ ਕੀ ਸੰਗਤ ਜਨਮ ਬਰਬਾਦ ਕਰਕੇ ਚਲੇ ਜਾਂਦੇ ਹਨ। ਸੋ ਗੁਰੂ ਕੀ ਸੰਗਤ, ਖੈਰ ਗੁਰੂ ਕੇ ਸਿੱਖ ਚਾਹ ਚੜ੍ਹ ਗਿਆ, ਸਤਸੰਗ ਜੀ, ਗੁਰੂ ਸਿੱਖ ਕਦੇ ਵੀ ਨਹੀਂ ਸੋਚਦਾ ਕਿ ਮੈਂ ਦੁਨੀਆਂ 'ਤੇ ਰਹਿਣਾ, ਕਹਿੰਦੇ ਵਾਹਿਗੁਰੂ, ਇਹ ਨਹੀਂ ਸੋਚਦਾ ਗੁਰੂ ਦਾ ਸਿੱਖ, ਕਦੇ ਸੋਚਦਾ ਹੀ ਨਹੀਂ ਹੈ, ਸਿੱਖ ਨੂੰ ਪਤਾ ਕਿ ਮੈਂ ਦੁਨੀਆਂ ਤੋਂ ਚਲਿਆ ਜਾਣਾ ਹੈ, ਕਿਉਂਕਿ ਮੈਂ ਇੱਥੇ ਰਹਿਣਾ ਹੀ ਨਹੀਂ ਹੈ। ਉਹ ਜਿੰਨਾ ਵੀ ਸਮਾਂ ਉਹ ਸਿੱਖ ਰਾਤ ਨੂੰ ਜਿਵੇਂ ਅਸੀਂ ਪੈਸੇ ਗਿਣਦੇ ਹਾਂ, ਸਾਰਾ ਦਿਨ ਦੀ ਕਮਾਈ ਗਿਣਦੇ ਹਾਂ, ਕਹਿੰਦੇ ਵਾਹਿਗੁਰੂ ਅੱਜ ਅਸੀਂ ਇੰਨੇ ਘੰਟੇ ਕੰਮ ਕੀਤਾ, ਜਾਂ ਅੱਜ ਅਸੀਂ ਸ਼ਾਪ 'ਤੇ ਗਏ ਸੀਗੇ, ਸਾਡਾ ਬਿਜ਼ਨਸ ਸੀ, ਇੰਨੀ ਕਮਾਈ ਹੋਈ, ਜਿਵੇਂ ਦੁਨਿਆਵੀ ਲੋਕ ਗੁਰੂ ਕੀ ਸੰਗਤ ਉਹ ਹਿਸਾਬ ਕਿਤਾਬ ਕਰਦੇ ਹਨ, ਇਵੇਂ ਜਿਹੜੇ ਗੁਰੂ ਦੇ ਪਿਆਰੇ ਹਨ ਉਹ ਇਹ ਸਮਾਂ ਇਸ ਤਰ੍ਹਾਂ ਕਾਊਂਟ ਕਰਦੇ ਹਨ, ਇੰਨਾ ਸਮਾਂ ਮੈਂ ਗੁਰੂ ਘਰ ਲਾਇਆ, ਇੰਨਾ ਸਮਾਂ ਸੇਵਾ 'ਚ ਲਾਇਆ, ਇੰਨਾ ਸਮਾਂ ਨਿਤਨ ਕੀਤਾ, ਇੰਨਾ ਸਮਾਂ ਬਾਣੀ ਪੜ੍ਹੀ, ਅੱਜ ਮੇਰਾ ਸਮਾਂ ਸਾਸੰਗ ਇੰਨਾ ਸਫਲ ਹੋਇਆ। ਫਿਰ ਰਾਤ ਨੂੰ ਸੌਣ ਸਮੇਂ ਜਦੋਂ ਸੁਹੇਲੇ ਸਾਹਿਬ ਦਾ ਪਾਠ ਕੀਤਾ ਜਾਂਦਾ, ਉਹਦਾ ਮਤਲਬ ਹੀ ਇਹੀ ਹੈ, ਕਹਿੰਦੇ ਵਾਹਿਗੁਰੂ, ਉਹਦਾ ਮਤਲਬ ਇਹੀ ਹੈ, ਗੁਰੂ ਕੀ ਸੰਗਤ ਮਾਫ਼ ਕਰਨਾ ਬਾਣੀ ਪੜ੍ਹਦੇ, ਉਦੋਂ ਉੱਠਦੇ ਸਾਰੀ ਬਾਣੀ ਪੜ੍ਹਦੇ ਹਾਂ ਅਸੀਂ, ਫਿਰ ਸੌਣ ਲੱਗਿਆ ਬਾਣੀ ਪੜ੍ਹਦੇ ਹਾਂ, ਸੁਹੇਲਾ ਸਾਹਿਬ ਦਾ ਪਾਠ ਕਰਦੇ ਹਾਂ, ਗੁਰੂ ਕੀ ਸੰਗਤ, ਫਿਰ ਸਿੱਖ ਰਾਤ ਨੂੰ ਸੌਣ ਲੱਗਿਆ ਗੁਰੂ ਕੀ ਸੰਗਤ ਆਪਣਾ ਸਮਾਂ ਦੇਖਦਾ ਵੀ ਉਹ ਅੱਜ ਇੰਨਾ ਸਮਾਂ ਮੇਰਾ ਗੁਰੂ ਚਰਨਾਂ ਵਿੱਚ ਲੱਗਿਆ। ਜਿਵੇਂ ਇਹ ਪੈਸੇ ਨਾਲ ਪੈਸਾ ਜੋੜਨ ਵਾਲੀ ਗੱਲ ਹੈ ਭਜਨ ਹੈ ਜਿਹੜਾ, ਕਹਿੰਦੇ ਵਾਹਿਗੁਰੂ, ਇੱਕ ਪੈਸੇ ਨਾਲ ਇੱਕ ਪੈਸਾ ਜੋੜ ਤਾਂ 2 ਹੋ ਗਏ, 2 ਨੇ ਇੱਕ ਜੋੜੋ 3 ਹੋ ਗਏ, 3 ਇੱਕ ਜੋੜਾ 4 ਹੋ ਗਏ, ਹੈਂ ਇਸ ਤਰ੍ਹਾਂ ਕਹੋ ਵਾਹਿਗੁਰੂ, ਇੱਕ ਵਾਰੀ ਹੋ ਗਿਆ ਫਿਰ ਕਹਿ ਦਿਓ ਵਾਹਿਗੁਰੂ, 2 ਵਾਰੀ ਹੋ ਗਿਆ ਫਿਰ ਕਹਿ ਦਿਓ ਵਾਹਿਗੁਰੂ, 3 ਵਾਰੀ ਹੋ ਗਿਆ ਫਿਰ ਕਹਿ ਦਿਓ ਵਾਹਿਗੁਰੂ, ਫਿਰ ਕਹਿ ਦਿਓ ਵਾਹਿਗੁਰੂ, 5 ਵਾਰੀ ਹੋ ਗਿਆ ਫਿਰ ਕਹਿ ਦਿਓ ਵਾਹਿਗੁਰੂ, 6 ਵਾਰੀ ਹੋ ਗਿਆ, ਇਹ ਪੈਸੇ ਨੇ ਪੈਸੇ ਤਾਂ ਦੇਖਿਆ, ਵਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਤਰਪੀਏ, ਜਿਹੜੇ ਰੱਬ ਦੇ ਪਿਆਰੇ ਹਨ, ਵਾਹਿਗੁਰੂ ਦੇ ਆਸ਼ਕ ਹਨ, ਗੁਰੂ ਦੇ ਗੁਰਸਿੱਖ ਹਨ, ਉਹ ਨਿੰਦਾ ਚੁਗਲੀ ਕਿਚ ਵਿੱਚ ਉਹ ਸਮਾਂ ਨਹੀਂ ਬਰਬਾਦ ਕਰਦੇ, ਕਹਿ ਦਿਓ ਵਾਹਿਗੁਰੂ, ਮਾਫ਼ ਕਰਨਾ, ਉਹ ਨਿੰਦਾ ਚੁਗਲੀ ਕਿਚ ਵਿੱਚ ਸਮਾਂ ਨਹੀਂ ਬਰਬਾਦ ਕਰਦੇ, ਸਭ ਉਹ ਜਿਹੜਾ ਸਮਾਂ ਮਾੜੇ ਪਾਸੇ ਲਾਉਣਾ, ਉਹ ਸਮੇਂ ਨੂੰ ਉਹ ਗੁਰੂ ਚਰਨਾਂ ਵਿੱਚ ਬਾਣੀ ਪੜ੍ਹਨ ਵਿੱਚ ਸਿਮਰਨ ਕਰਕੇ ਸੇਵਾ ਕਰਕੇ ਉਹਨੂੰ ਸਫਲਾ ਬਣਾਉਂਦੇ ਹਨ। ਖੈਰ ਪਿਓ ਪੁੱਤਾਂ ਨੂੰ ਚਾਹ ਚੜ੍ਹ ਗਿਆ, ਉਹ ਪੈਸੇ ਮਿਲ ਗਏ, ਫਿਰ ਅਰਦਾਸਾਂ ਕਰਦੇ ਜਾਂਦੇ, ਸਮਾਂ ਮਿਲ ਵੀ ਜਾਏਗਾ, ਕਹਿ ਦਿਓ ਸਮਾਂ ਮਿਲ ਵੀ ਜਾਏਗਾ, ਬੜੇ ਬੜੇ ਮੀਰ ਸਿੱਖ ਨੇ ਗੁਰੂ ਕੇ ਦਰਬਾਰ ਦੇ ਵਿੱਚ, ਜਿੰਨਾ ਨੀਵਾਂ ਉਹਨੇ ਫਲ, ਜਿੰਨਾ ਨੀਵਾਂ ਉਹਨਾਂ ਉਹਨੇ ਫਲ, ਜਿੰਨਾ ਨੀਵਾਂ ਹੋ ਜਾਏ ਉਹਨੀਆਂ ਬਖਸ਼ਿਸ਼ਾਂ ਉਹਨੀਆਂ ਬਰਕਤਾਂ। ਪਾਣੀ ਦੇਖ ਲਓ, ਕਹਿੰਦੇ ਵਹਿਰ ਪਾਣੀ ਦਾ ਸਵਾਦ ਦੇਖ ਲਓ, ਨੀਵੇਂ ਉਚਾਈ ਨੂੰ ਚੜਾਉਣਾ ਹੋਵੇ ਬੜਾ ਯਤਨ ਕਰਨਾ ਪੈਂਦਾ, ਪਰ ਨਿਮਾਣ ਨੂੰ ਪਾਣੀ ਆਪਣੇ ਆਪ ਹੀ ਬਹਿ ਤੁਰਦਾ ਹੈ,
ਜਿਵੇਂ ਨਵਾਂ ਨੂੰ ਪਾਣੀ ਆਪਣੇ ਆਪ ਪੈ ਜਾਂਦਾ, ਇਸ ਤਰ੍ਹਾਂ ਜਿੱਥੇ ਸਿੱਖ ਦਾ ਜਿੰਨਾ ਮਨ ਨੀਵਾਂ, ਗੁਰੂ ਦੀ ਕਿਰਪਾ ਉਨੀ ਮਿਹਨਤ ਕਰੀ ਜਾਂਦੀ ਹੈ। ਉਹਨੀਆਂ ਕਰਕੇ ਦੇਖ ਲਓ, ਲੋਕ ਤਾਂ ਕਹਿੰਦੇ ਸਾਡੇ ਕੰਮ ਕੌਣ ਕਰੂਗਾ, ਕਰਕੇ ਦੇਖਿਆ ਰੁਪਈਏ ਚ ਨਵਾਂ ਪੈਸਾ ਕਹਿ ਦਿਓ। ਉਹ ਸਤਸੰਗ ਜੀ ਕਰਕੇ ਦੇਖੋ, ਨਾਮ ਜਪ ਕੇ ਵੇਖੋ, ਭਜਨ ਕਰਕੇ ਵੇਖੋ, ਉਹ ਜੇ ਤੁਸੀਂ ਅੱਠੋ ਵਾਰ ਭਜਨ ਕਰਨ ਲੱਗ ਜਾਓ ਨਾ, ਜੇ ਗੁਰੂ ਨੂੰ ਫਿਕਰ ਨਾ ਪੈ ਜੇ ਤੁਹਾਡਾ, ਫਿਰ ਗੁਰੂ ਕੀ ਸੰਗਤ ਦਾਸ ਨੂੰ ਤਰਕਾਰ ਕਹਿ ਦਿਓ ਜੀ। ਸਤਸੰਗ ਜੀ ਗੁਰੂ ਨੂੰ ਫਿਕਰ ਪੈ ਜਾਂਦਾ, ਇਹ ਅੱਠੋ ਫਿਰ ਨਾਮ ਜਪਦਾ, ਬਾਣੀ ਪੜ੍ਹਦਾ, ਸੁਭਨ ਕਰਦਾ, ਹੈ ਫਿਰ ਗੁਰੂ ਨੂੰ ਫਿਕਰ ਪੈ ਜਾਂਦਾ, ਇਹਦਾ ਕੰਮ ਕਿੱਦਾਂ ਚੱਲੂਗਾ, ਕਹਿ ਵਾਹਿਗੁਰੂ ਇਹਦਾ ਕੰਮ ਕਿੱਦਾਂ ਚੱਲੂਗਾ, ਅੱਠੋ ਫਿਰ ਭਜਨ ਕਰਦਾ। ਖੈਰ ਗੁਰੂ ਕੀ ਸੰਗਤ ਦੋਵੇਂ ਪਿਓ ਪੁੱਤ ਸਾਧ ਸੰਗਤ ਵਿਚਾਰਾਂ ਕਰਦੇ ਜਾ ਰਹੇ, ਸਮਾਂ ਮਿਲ ਵੀ ਜਾਏਗਾ। ਫਿਰ ਮੁਸਲ ਕਹਿੰਦਾ, ਮੁਸਲ ਪੁੱਤਰ ਸੀ, ਸਮਨ ਪਿਤਾ ਸੀ, ਮੁਸਲ ਕਹਿੰਦਾ ਪਿਤਾ ਜੀ ਸਮਾਂ ਮਿਲ ਜਾਏਗਾ। ਸਮਨ ਕਹਿੰਦਾ ਹੈ, ਕਹਿੰਦਾ ਬੇਟਾ ਤੈਨੂੰ ਨਹੀਂ ਪਤਾ ਹੈ, ਗੁਰੂ ਨਾਨਕ ਹੈ ਹੀ ਗਰੀਬਾਂ ਦਾ, ਨੀਚਾ ਅੰਦਰ ਨੀਚ ਜਾਤ ਨੀਚੀ ਹੁਣ ਅਤ ਨੀਚ, ਨਾਨਕ ਤਿੰਨ ਕਰ ਸੰਗ ਸਾਥ ਵੱਡਿਆ ਸੀ, ਉਹ ਕਹਿ ਰਹੀ ਸੀ ਜਿੱਥੇ ਨੀ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼ ਮਾਫ਼ ਕਰਨ, ਉੱਥੇ ਮਾਲਕ ਦੀ ਨਜ਼ਰ ਹੈ, ਗੁਰੂ ਨਾਨਕ ਹੈ ਹੀ ਗਰੀਬਾਂ ਦਾ ਗਰੀਬ ਨਿਵਾਜ਼ ਹੈ। ਘਰ ਗੁਰੂ ਕੀ ਸੰਗਤ, ਦੋਵੇਂ ਪਿਓ ਪੁੱਤ ਤਨ ਦੇ ਕੱਪੜੇ ਫਟੇ ਪੁਰਾਣੇ ਹਨ, ਬੜੇ ਗਿਰਦੀ ਹੈ ਸਿੱਖ ਸਨ, ਖੈਰ ਗੁਰੂ ਕੀ ਸੰਗਤ ਫਟੀਆਂ ਪੁਰਾਣੀਆਂ ਸਿਰ ਤੇ ਦਸਤਾਰਾਂ ਵੱਧੀਆਂ ਹਨ, ਪਰ ਮਨ ਵਿੱਚ ਸ਼ਰਧਾ ਦੇ ਹੜ ਵਗਦੇ ਹਨ, ਹੜ ਸਤਸੰਗ ਜੀ ਸ਼ਰਧਾ ਦੇ ਹੜ, ਪਿਆਰ ਦਾ ਸਮੁੰਦਰ ਲੈ ਕੇ ਗੁਰੂ ਕੇ ਚਰਨਾਂ ਦੇ ਵਿੱਚ, ਜਿੱਥੇ ਸੰਗਤਾਂ ਬੜੀਆਂ ਬੜੀਆਂ ਕਮਾਈਆਂ ਵਾਲੇ ਸਿੱਖ ਬੈਠੇ ਸਨ, ਸਵਾਸ ਸਿਮਰਨ ਕਰਨ ਵਾਲੇ ਸਿੱਖਾਂ ਨੂੰ ਲੈ ਕੇ ਸੰਗਤ ਦੇ ਵਿੱਚ, ਇੱਥੇ ਵੀ ਇਹੋ ਜਿਹੇ ਕਈ ਗੁਰਸਿੱਖ ਬੈਠੇ ਨੇ ਸਤਸੰਗ, ਜਿਹੜੇ ਚਾਹੁੰਦੇ ਹੀ ਨਹੀਂ ਕਿਸੇ ਨੂੰ ਪਤਾ ਲੱਗ ਜਾਵੇ ਅਸੀਂ ਭਜਨ ਕਰਦੇ ਹਾਂ, ਕਹਿੰਦੇ ਵਾਹਿਗੁਰੂ ਉਹ ਕਿੱਥੇ ਚਾਹੁੰਦੇ ਨੇ, ਜਿਨ ਹਰ ਪਾਇਆ ਤੇ ਨਹੀਂ ਛਪਾਇਆ, ਜਿਹੜੇ ਜਿਹਦੇ ਘਰ ਵਿੱਚ ਚਾਰ ਪੈਸੇ ਪੈ ਰਹੇ ਉਹ ਕਿੱਥੇ ਡਾਉਂਡੀ ਪਿੜਦਾ, ਬਾਹਰ ਜਾ ਕੇ ਪਿੜਦਾ ਕਿ ਮੇਰੇ ਘਰ ਕੋਈ ਰਕਮ ਪਈ, ਮੇਰੇ ਘਰ ਕੋਈ ਪੈਸਾ ਪਿਆ, ਐਵੇਂ ਨਹੀਂ ਸੀ ਕਿਹਾ ਬਾਬਾ ਫਰੀਦ ਜੀ ਨੇ ਮਾਫ਼ ਕਰਨਾ ਗੁਰੂ ਕੀ ਸਿੰਘ ਫਰੀਦਾ, ਜਿੱਡੀ ਵੱਡੀ ਤਾਕਤ ਹੁੰਦੀ ਓਡੀ ਵੱਡੀ ਗੁਪਤ ਹੋ ਕੇ ਵਰਤਿਆ ਕਰਦੀ ਹੈ, ਕਹਿੰਦੇ ਵਾਹਿਗੁਰੂ ਮਾਫ਼ ਕਰਨਾ, ਕਹਿੰਦੇ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੈਨੂੰ ਲਾ ਕੇ ਦਸਵੇਂ ਪਾਤਸ਼ਾਹ ਤੇ ਗੁਰੂ ਕੀ ਸੰਗਤ ਮਾਫ਼ ਕਰਨਾ, ਗੁਰੂ ਕੀ ਸਿੰਘ ਜਾਮ ਜਾਮਣੀ ਜਾ ਕੇ ਕਿਰਪਾਲ, ਕਦੀ ਸਮਾਂ ਬਣਿਆ ਵਿਚਾਰ ਕਰਾਂਗੇ, ਗੁਰੂ ਕੀ ਸਿੰਘ ਜਿੱਡੀ ਵੱਡੀ ਸ਼ਕਤੀ ਓਡੀ ਵੱਡੀ ਗੁਪਤ ਹੁੰਦੀ ਹੈ, ਜਿੱਡਾ ਵੱਡਾ ਖਜ਼ਾਨਾ ਹੁੰਦਾ ਓਨਾ ਵੱਡਾ ਖਜ਼ਾਨਾ ਗੁਪਤ ਰੱਖਿਆ ਜਾਂਦਾ, ਕਹਿੰਦੇ ਵਾਹਿਗੁਰੂ ਉਹ ਕਹਿੰਦੇ ਵਾਹਿਗੁਰੂ ਘਰ ਵਿੱਚ 10-20 ਰੁਪਈਏ ਹੁਣ ਰਾਤ ਨੂੰ ਬੰਦਾ ਬੜਾ ਬੇਫਿਕਰ ਹੋ ਕੇ ਸੌਂਦਾ, ਘਰ ਦੇ ਵਿੱਚ 40-50 ਲੱਖ ਰੁਪਈਆ ਪਿਆ ਹੋਵੇ ਕਦੇ ਨੀਂਦ ਆਉਂਦੀ ਹੈ, ਬੋਲਦੇ ਨੀ, ਕਦੇ ਨੀਂਦ ਆਉਂਦੀ ਹੈ, ਬੰਦਾ ਬੱਚਿਆਂ ਤੱਕ ਨਹੀਂ ਗੱਲ ਕਰਦਾ, ਖੱਬੇ ਸੱਜੇ ਵੇਖਦਾ ਕਿ ਇਹੋ ਜਿਹੀ ਥਾਂ ਤੇ ਇਹ ਖਜ਼ਾਨਾ ਰੱਖਿਆ ਜਾਏ ਕਿਸੇ ਨੂੰ ਪਤਾ ਨਾ ਲੱਗੇ, ਇਸ ਤਰ੍ਹਾਂ ਜਿੱਡੀ ਵੱਡੀ ਕਮਾਈ ਹੁੰਦੀ ਹੈ ਉਹ ਓਡੀ ਵੱਡੀ ਕਮਾਈ ਰੱਬ ਦੇ ਪਿਆਰੇ ਉਹਦਾ ਪਤਾ ਨਹੀਂ ਲੱਗਣ ਦਿੰਦੇ। ਖਾਲਸਾ ਜੀ ਫਰੀਦਾ ਸਾਬਰ ਅੰਦਰ ਸਾਬਰੀ ਤਨ ਇਵੈਦ ਲੇਨ ਹੋ ਨਿਜੀ ਖਦਾਏ ਦੇ ਭੇਜ ਦੇਣਾ ਕਿਸੇ ਦੇਣ, ਖਾਲਸਾ ਜੀ ਮਾਫ਼ ਕਰਨਾ ਗੁਰੂ ਕਿਸੇ ਨੂੰ ਸਾਡੇ ਪੱਲੇ ਕੁਛ ਨਹੀਂ ਹੈ, ਮੈਂ ਇਹ ਕਰਦਾ ਉਹ ਕਰਦਾ, ਉਹ ਐਵੇਂ ਲੜੀ ਜਾਣਗੇ, ਵਾਧੂ ਲੜੀ ਜਾਣਗੇ, ਹਾਂ ਆਹ ਬਾਬਾ ਜੀ ਕੀ ਕਰਤਾ, ਗ੍ਰੰਥੀ ਜੀ ਆਹ ਕੀ ਕਰਤਾ, ਉਹਨੂੰ ਮਾਰਾ ਪ੍ਰਕਾਸ਼ ਵੀ ਨਹੀਂ ਕਰਨਾ ਆਉਂਦਾ, ਹਾਂ ਗ੍ਰੰਥੀ ਤੈਨੂੰ ਕਿ ਲੜੀ ਜਾਣਗੇ ਜੀ, ਉੱਥੇ ਆਹ ਸਫਾਈ ਨਹੀਂ ਕੀਤੀ, ਕਹਿੰਦੇ ਵਾਹਿਗੁਰੂ ਆਹ ਗ੍ਰੰਥੀ ਤਾਂ ਜੜੀਆਂ ਦਰੀਆਂ ਨਹੀਂ ਝਾੜਦਾ, ਉਹ ਸਫਾਈ ਕਰਨੀ ਸਿਰਫ ਗ੍ਰੰਥੀ ਸਿੰਘ ਦਾ ਹੀ ਕੰਮ ਨਹੀਂ ਹੈ, ਸਫਾਈ ਕਰਨੀ ਸੇਵਾ, ਸਫਾਈ ਕਰਨੀ ਤਾਂ ਸਾਡਾ ਸਾਰਿਆਂ ਦੇ ਫਰਜ਼ ਹੈ, ਕਹਿੰਦੇ ਵਾਹਿਗੁਰੂ, ਕਹਿੰਦੇ ਵਾਹਿਗੁਰੂ ਜੇ ਕਿਤੇ ਕਮੀ ਰਹਿ ਗਈ ਤਾਂ ਆਪਾਂ ਕਰ ਲਈਏ, ਖਾਲਸਾ ਜੀ ਸਾਨੂੰ ਵੇਖ ਕੇ ਹੋਰਨਾਂ ਨੂੰ ਪ੍ਰੇਰਨਾ ਮਿਲੇਗੀ। ਖੈਰ ਦੋਵੇਂ ਪਿਓ ਪੁੱਤ ਅੱਜ ਪੰਜਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਪੁੱਜੇ ਹਨ, ਬੜੇ ਬੜੇ ਕਮਾਈਆਂ ਵਾਲੇ ਸਿੱਖ ਗੁਰੂ ਕੇ ਦਰਬਾਰ ਵਿੱਚ ਬੈਠੇ ਹਨ, ਸਮਾਂ ਵੀ ਇੱਦਾਂ ਤੁਰਿਆ ਜਾ ਰਿਹਾ, ਬਚਨ ਬਲਾਸ ਹੋ ਰਹੇ ਨੇ, ਨਮਸਕਾਰ ਕਰਦੇ ਕਰਦੇ ਸਮਨ ਤੇ ਮੁਸਲਮ ਦੀ ਵਾਰੀ ਆਈ, ਤਹਾਂ ਨਿਕਲ ਗਈ। ਖਾਲਸਾ ਜੀ ਗਰੀਬੀ ਇਨਸਾਨ ਨੂੰ ਬਹੁਤ ਨੀਵਾਂ ਕਰਕੇ ਰੱਖ ਦਿੰਦੀ, ਤਦੇ ਗਰੀਬੀ ਮੰਗਦੇ ਚਲੇ ਗਏ, ਗੁਰੂ ਸਾਹਿਬ ਮਾਫ਼ ਕਰਨਾ ਗੁਰੂ ਕੀ ਸੰਗਤ ਮਾਫ਼ ਕਰਨਾ ਗਰੀਬੀ ਗਰੀਬੀ ਕਰਦੇ ਚਲੇ ਗਏ, ਜਾ ਕੇ ਗੁਰੂ ਕੇ ਦਰਬਾਰ ਚ ਮਨ ਨੀਵਾਂ ਕਰਕੇ ਮੱਤ ਉੱਚੀ ਕਰਕੇ ਸਤਿਗੁਰ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕ ਕੇ ਬੇਨਤੀ ਕੀਤੀ, ਪ੍ਰਾਰਥਨਾ ਕੀਤੀ, ਮਹਾਰਾਜ ਕਈ ਦਿਨ ਹੋ ਗਏ ਹਜ਼ੂਰ ਇੱਥੇ ਆਏ, ਸਾਨੂੰ ਪਤਾ ਹੀ ਨਹੀਂ ਲੱਗਿਆ, ਮਾਰ ਬੜੀ ਕਿਰਪਾ ਕੀਤੀ, ਸਾਡੇ ਨਗਰ ਵਿੱਚ ਚਰਨ ਪਾਏ, ਮਹਾਰਾਜ ਨੇ ਜੀ ਆਏ ਹੁਣ ਆਖਿਆ, ਇਹਨਾਂ ਦੋਵੇਂ ਹੱਥ ਜੁੜ ਕੇ ਦੰਦ ਜੁੜ ਕੇ ਪਿਓ ਪੁੱਤਾਂ ਦੇ ਚਾਰ ਪਸ ਮੌਕੇ ਗੁਰੂ ਸਾਹਿਬ ਲੱਗੇ ਕਹਿਣ, ਪਾਓ ਭਾਈ ਸੰਬਣ ਮੁਸਲਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਬੜਾ ਸਮਾਂ ਤਾਂ ਜ਼ਬਾਨ ਚੋਂ ਕੋਈ ਸ਼ਬਦ ਹੀ ਨਹੀਂ ਨਿਕਲਿਆ, ਸਤਸੰਗ ਪ੍ਰੇਮ ਦੇ ਵਿੱਚ ਐਸਾ ਹੀ ਹੋਇਆ ਕਰਦਾ ਹੈ। ਮਹਾਰਾਜ ਪੁੱਛਦੇ ਗਏ, ਬੋਲੋ ਸੰਬਣ ਮੁਸਲਮ ਕੀ ਚਾਹੁੰਦੇ ਹੋ, ਇਹਨਾਂ ਫਿਰ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਤੇ ਗਰੀਬ ਦੀ ਝੁੱਗੀ ਨੂੰ ਭਾਗ ਲਾ ਜਾ, ਰਾਜਿਆਂ ਦੇ ਜਾਣ ਵਾਲਿਆ ਗਰੀਬ ਦੀ ਝੁੱਗੀ ਨੂੰ ਭਾਗ ਰਾਜਿਆਂ ਦੇ ਜਾਣ ਵਾਲਿਆ ਗਰੀਬ ਦੀ ਝੁੱਗੀ ਨੂੰ ਭਾਗ ਲਾ ਜਾ।
ਸਿੱਖ ਦੇ ਪ੍ਰੇਮ ਦੇ ਲੱਸੀ ਪੂਤ ਹੈ ਤੁਹਾਡੇ ਘਰੇ ਅਸੀਂ ਪਰਸੋਂ ਆਵਾਂਗੇ ਜ਼ਰੂਰ ਆਵਾਂਗੇ ਸਮਾਂ ਮਿਲ ਗਿਆ ਚਾਹ ਚੜ ਗਿਆ ਨਮਸਕਾਰ ਕਰਕੇ ਦੋ ਚਾਰ ਮਿੰਟ ਗੁਰੂ ਚਰਨਾਂ 'ਚ ਬੈਠ ਕੇ ਪਿਤਾ ਨੇ ਪੁੱਤ ਨੂੰ ਇਸ਼ਾਰਾ ਕੀਤਾ ਚਲੋ ਬੇਟਾ ਬਖਸ਼ਿਸ਼ ਹੋ ਗਈ ਚੱਲ ਕੇ ਤਿਆਰੀ ਕਰੀਏ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਕੇ ਨਮਸਕਾਰ ਕਰਕੇ ਤੁਰ ਪੈਂਦੇ ਚਾਹ ਚੜ ਗਿਆ ਉਹ ਸਾਡੇ ਘਰੇ ਸਾਡੇ ਘਰੇ ਗੁਰੂ ਸਾਹਿਬ ਆਉਣਗੇ ਸਾਡੇ ਘਰੇ ਗੁਰੂ ਅਰਜਨ ਦੇਵ ਮਹਾਰਾਜ ਚਰਨ ਪਾਉਣਗੇ ਸੰਮਨ ਮੂਸਮ ਨੂੰ ਕਹਿ ਰਿਹਾ ਸੀ ਮੂਸਮ ਆਪਣੇ ਪਿਤਾ ਨੂੰ ਕਹਿ ਰਿਹਾ ਸੀ ਅਸੀਂ ਇੰਜ ਸੇਵਾ ਕਰਾਂਗੇ ਇੰਜ ਸੇਵਾ ਕਰਾਂਗੇ ਮੇਰੇ ਘਰ ਸਤਿਗੁਰੂ ਨੇ ਆਉਣਾ ਮੈਂ ਪ੍ਰਸ਼ਾਦ ਛਕਾਵਾਂਗਾ ਨਗਰ ਦੇ ਬਾਹਰ ਕੋਈ ਨਾ
ਪਿੰਡ ਵਿੱਚ ਇੱਕ ਦੋ ਵਿਰੋਧੀ ਹੁੰਦੇ ਹੀ ਨੇ ਸਤਸੰਗ ਜੀ, ਹਰ ਬੰਦੇ ਤਾਂ ਹੁੰਦੇ ਨੇ, ਉਹ ਵਿਰੋਧੀ ਖਲੋਤੇ ਸੀ ਜਿਹਨਾਂ ਦੇ ਲੜਕੇ ਨੂੰ ਇਹਨਾਂ ਸ਼ਗਨ ਪਾਉਣਾ ਸੀ, ਤਾਂ 500 ਬੰਦੇ ਖਲੋਤੇ ਸੀ। ਲੱਗੇ ਕਹਿੰਦਾ ਪੁੱਛਿਆ ਬਈ ਭਾਈ ਸਾਹਿਬ ਜੀ ਫਲਾਣਾ ਮੱਕਾ ਸਿੰਘ ਦਾ ਘਰ ਕਿੱਧਰ ਹੈ? ਉਹਨਾਂ ਆਖਿਆ ਜੀ ਪਿੰਡ ਦੇ ਲੋਕਾਂ ਕਿ ਤੁਸੀਂ ਕਿੱਧਰ ਆਏ? ਆਖਿਆ ਜੀ ਅਸੀਂ ਉਹਨਾਂ ਦੇ ਲੜਕੇ ਨੂੰ ਸ਼ਗਨ ਪਾਉਣਾ ਆਪਣੀ ਲੜਕੀ ਦਾ। ਉਹ ਲੱਗੇ ਇਹੋ ਜਿਹੇ ਪਾਪੀ ਵੀ ਹਨ ਜਿਹੜੇ ਕਿਸੇ ਦੀ ਬਣਦੀ ਗੱਲ ਖੈਰ ਗੁਰੂ ਕੀ ਸੰਗਤ ਸਿਰੇ ਨਹੀਂ ਚੜ੍ਹ ਦਿੰਦੇ। ਉਹ ਲੱਗੇ ਕਹਿਣ ਉਹ ਅਮਕਾ ਸਿੰਘ, ਉਹ ਅੱਛਾ ਫਲਾਣਾ ਅਮਕਾ ਸਿੰਘ, ਅੱਛਾ ਉਹਨਾਂ ਨੇ ਵੀ ਲੜਕਾ ਸੋਹਣਾ, ਇੱਕ ਹੋਰ ਵੀ ਲੜਕਾ ਸੋਹਣਾ, ਪੜ੍ਹਿਆ ਲਿਖਿਆ ਚੰਗਾ, ਬੰਦੇ ਬਹੁਤ ਚੰਗੇ ਆ ਯਾਰ, ਚਾਰ ਪੈਸੇ ਨਹੀਂ ਕਮਾਈ ਵੀ ਚੰਗੀ ਆ। ਇੱਕ ਕਹਿੰਦਾ ਵੀ ਬੰਦੇ ਚੰਗੇ ਆ, ਕਮਾਈ ਵੀ ਚੰਗੀ ਆ, ਬੱਚਾ ਵੀ ਪੜ੍ਹਿਆ ਲਿਖਿਆ ਸੋਹਣਾ। ਪਰ ਲੱਗੇ ਕਹਿਣ ਉਹ ਮੁੰਡਾ ਯਾਰ ਇੱਕ ਗੱਲ ਮਾੜੀ ਹੈ, ਮੁੰਡੇ ਨੂੰ ਕਦੇ ਕਦੇ ਮਿਰਗੀ ਦੇ ਦੌਰੇ ਪੈ ਜਾਣ। ਉਹ ਕਿਸੇ ਦੀ ਬਣਦੀ ਗੱਲ ਨੂੰ ਸਿਰੇ ਨਾ ਚੜ੍ਹਨ ਦੇਣਾ। ਉਹਨੂੰ ਵੀ ਮਹਾਰਾਜ ਨੇ ਕਿਹਾ ਸੰਗ ਗੱਲ ਹੱਤਿਆ, ਕਮਾਏ ਕਿਸੇ ਦੇ ਬਣਦੇ ਕੰਮ ਨੂੰ ਵਿਗਾੜ ਦੇਣਾ। ਇਹ ਵੀ ਕਤਲ ਤਾਂ ਕਤਲ ਹੀ ਆ, ਮਹਾਂਪੁਰਖ ਕਿਆ ਕਰਦੇ ਸਨ, ਕਿਸੇ ਗਰੀਬ ਦੇ ਬਣਦੇ ਕੰਮ ਨੂੰ ਵਿਗਾੜ ਦੇਣਾ ਇਹ ਵੀ ਕਤਲ ਕਰਨ ਤੋਂ ਘੱਟ ਨਹੀਂ ਹੈ। ਖੈਰ ਉਹ ਸ਼ਾਹੂਕਾਰ ਦੇ ਕੰਨ ਭਰ ਦਿੱਤੇ, ਆਖਿਆ ਸੇਠ ਜੀ ਮਤ ਮਾਰੀ ਗਈ? ਖੈਰ ਗੁਰੂ ਕਿਸੇ ਨੂੰ ਸੇਠ ਲੱਗਾ, ਕਹਿਣਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਖੈਰ ਇਹ ਸਮਣ ਤੇ ਮੁਸਨ ਜਾ ਕੇ ਇਹਨਾਂ ਬੇਨਤੀ ਕੀਤੀ, ਸੇਠ ਜੀ ਅਸੀਂ ਕੱਲ੍ਹ ਆਪ ਜੀ ਪਾਸ ਆਏ ਸੀ, ਉਹ ਪੈਸਿਆਂ ਦੀ ਕੋਈ ਗੱਲ ਕੀਤੀ ਸੀ। ਉਹ ਸੇਠ ਲੱਗਾ ਕਹਿਣ ਸਮਣ ਮੁਸਨ ਅਸਲ ਗੱਲ ਇਹ ਹੈ, ਕੰਨ ਭਰ ਦਿੱਤੇ ਸਨ, ਚੁੱਕਾਂ ਪਹਾੜ ਪਾਲ ਕੇ ਰੱਖ ਦਿੰਦੀਆਂ ਹਨ। ਗੁਰੂ ਕੀ ਸੰਗਤ ਕਹਿਣਾ ਕੀਤਾ, ਸੇਠ ਨੇ ਆਖਿਆ ਸਮਨ ਮੁਸਨ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਸਕਿਆ, ਬੜੀ ਕੋਸ਼ਿਸ਼ ਕੀਤੀ, ਬੜਾ ਯਤਨ ਕੀਤਾ, ਇੰਜ ਕਰੋ ਵੀ ਹੁਣ ਤਾਂ ਪੈਸੇ ਦਾ ਪ੍ਰਬੰਧ ਨਹੀਂ ਹੋ ਸਕਿਆ, ਫਿਰ ਕਦੇ ਆਉਣਾ ਮੈਂ ਤੁਹਾਡੀ ਮਦਦ ਕਰੂੰਗਾ। ਇਹਨਾਂ ਆਖਿਆ ਕਮਾਲ ਦੀ ਗੱਲ ਹੈ ਜੀ, ਅਸੀਂ ਬਚਨ ਕਰੇ ਤੋਂ ਖਿਸਕ ਜਾ ਸੋਈ ਨਾਲ ਕੱਚਾ। ਸਾਡੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਜਿਹੜਾ ਬਚਨ ਕਰਕੇ ਖਿਸਕ ਜਾ ਉਹ ਕੱਚਾ ਬੰਦਾ, ਜਿਹੜਾ ਬਚਨਾਂ ਤੇ ਪੂਰਾ ਨਾ ਰਹੇ। ਮਾਫ਼ ਕਰਨਾ ਗੁਰੂ ਕੀ ਸੰਗਤ, ਗੁਰਸਿੱਖ ਹੋਵੇ ਤੇ ਗੁਰੂ ਦਾ ਧਿਆਨ ਹੋਵੇ, ਗੁਰਸਿੱਖ ਹੋਵੇ ਤੇ ਗੁਰੂ ਦਾ ਧਿਆਨ ਹੋਵੇ, ਸਾਧੂ ਹੋਵੇ ਤੇ ਆਤਮ ਗਿਆਨ ਹੋਵੇ, ਸਭੇ ਬਰਕਤਾਂ ਉਸੇ ਵਿੱਚ ਹੁੰਦੀਆਂ ਨੇ ਜਿਹੜੇ ਮਰਦ ਹੀ ਇੱਕ ਜਵਾਨ ਹੋਵੇ। ਖਾਲਸਾ ਜੀ ਥੁੱਕ ਕੇ ਚੱਟਣਾ ਮਰਦਾਂ ਦਾ ਕੰਮ ਨਹੀਂ, ਸੇਠ ਜੀ ਮਰਦ ਜੋ ਬਚਨ ਕਰਦੇ ਹਨ ਉਹ ਪੂਰਾ ਕਰਕੇ ਵਿਖਾਉਂਦੇ ਹਨ। ਅਸੀਂ ਤੁਹਾਨੂੰ ਪੈਸੇ ਉਧਾਰ ਲੈਣੇ ਹਨ ਤੁਹਾਡੇ ਪਾਸੋਂ, ਔਰ ਤੁਹਾਨੂੰ ਕਿਹਾ ਸੀ ਕਿ ਜਿਵੇਂ ਮਰਜ਼ੀ ਅਸੀਂ ਸਿਰ ਦੀ ਕੀਮਤ ਚੁਕਾ ਕੇ ਵੀ ਤੁਹਾਡਾ ਕਰਜ਼ਾ ਵਾਪਸ ਕਰਾਂਗੇ। ਅਸੀਂ ਗੁਰੂ ਦੇ ਸਿੱਖ ਹਾਂ, ਸਾਡੇ ਵਾਸਤੇ ਪ੍ਰਾਇ ਹੱਕ ਖਾਣਾ ਗਊ ਦੇ ਬਰਾਬਰ ਹੈ। ਅਸੀਂ ਸੇਠ ਜੀ ਵਾਅਦਾ ਕਰਦੇ ਅਸੀਂ ਪੈਸੇ ਐਵੇਂ ਨਾ ਲੋਕਾਂ ਦੀਆਂ ਗੱਲਾਂ ਵਿੱਚ ਆਓ, ਸਾਡਾ ਬਣਦਾ ਕੰਮ ਨਾ ਵਿਗਾੜੋ, ਸਾਡੇ ਘਰੇ ਕੱਲ੍ਹ ਨੂੰ ਗੁਰੂ ਸਾਹਿਬ ਨੇ ਆਉਣਾ। ਸੇਠ ਲੱਗਾ ਕਹਿੰਦੇ ਜਾ ਜਾਓ ਕੰਮ ਕਰੋ। ਮਹਾਰਾਜ ਕਹਿੰਦੇ ਨੇ ਕਈ ਵਾਰੀ ਕਹਿ ਦਿੰਦੇ ਅਸੀਂ ਜਾ ਤੂੰ ਦੁੱਖੀ ਦਾ ਬੰਦਾ, ਕਹਦੇ ਵਾਹਿਗੁਰੂ ਦਾੜੇ ਤੇ ਹੱਥ ਫੇਰ ਕੇ ਕਹਿੰਦੇ ਨੇ ਮੁੱਛਾ ਵਿਆਹ ਕੇ ਜਾ ਦੁੱਖੀ ਦਾ ਬੰਦਾ, ਦੁਆਨੀ ਦਾ ਬੰਦਾ ਕਹਿੰਦੇ ਨੇ ਨਾ, ਦਾੜੇ ਤੇ ਹੱਥ ਮਾਰ ਕੇ ਨੇ ਇਹੋ ਜਿਹੇ ਦਾੜੇ ਨੇ ਜਿਹੜੇ ਕਿਸੇ ਗਰੀਬ ਦੇ ਉੱਤੇ ਮੁੱਛਾਂ ਨੂੰ ਤਾਲ ਦਿੰਦੇ ਆ, ਦਾੜਿਆਂ ਦੇ ਹੱਥ ਫੇਰਦੇ ਆ। ਗਰੀਬਾਂ ਉੱਪਰ ਜੀ ਖਿੰਜੇ ਦਾੜੀ ਪਾਰ ਬ੍ਰਹਮ ਸੇ ਅਗਨ ਮੈਂ ਸਾੜੀ, ਉਹ ਦਾੜੀਆਂ ਅੱਗ ਦੇ ਵਿੱਚ ਸਾੜੀਆਂ ਜਾਣਗੀਆਂ ਪਰਮੇਸ਼ਰ ਦੇ ਘਰ ਵਿੱਚ ਜਾ ਕੇ। ਇਹ ਸਜਾਵਾਂ ਦੱਸੀਆਂ ਹਨ ਗੁਰਬਾਣੀ ਵਿੱਚ। ਕਰ ਗੁਰੂ ਕੀ ਸੰਗਤ, ਗੁਰੂ ਕੇ ਸਿੱਖਾਂ ਨੇ ਆਖਿਆ ਸੇਠਾ ਯਾਦ ਰੱਖੀ, ਕਰਵਾ ਜਾ ਜਾਓ ਦੁੱਖੀ ਦੇ ਸਿੱਖ ਹੈ ਤੂੰ, ਮੈਂ ਤੁਹਾਨੂੰ ਕੀ ਸੁਣੀਦਾ, ਪੈਸੇ ਮੰਗਦੇ ਨੇ ਪੈਸੇ ਦੇਣੇ ਕਿਤੇ ਨੇ ਵਾਪਸ ਕਰਕੇ। ਸੇਠ ਜਦੋਂ ਗਰਮ ਹੋ ਕੇ ਬੋਲਿਆ ਖੈਰ ਬਹੁਤ ਲੰਬੀ ਚੜੀ ਵਿਚਾਰ ਹੈ, ਇੱਧਰ ਨਾ ਜਾਈਏ। ਗੁਰੂ ਦੇ ਸਿੱਖਾਂ ਨੇ ਆਖਿਆ ਜਾ ਜਾ ਅਸੀਂ ਤੈਨੂੰ ਕੀ ਸਮਝਦੇ ਹਾਂ, ਸਾਡੇ ਗੁਰੂ ਦੀ ਕਿਰਪਾ ਰਹੀ, ਅਸੀਂ ਆਪਣੇ ਗੁਰੂ ਦਾ ਦਿੱਤਾ ਖਾਂਦੇ ਹਾਂ, ਗੁਰੂ ਦਾ ਦਿੱਤਾ ਪਹਿਨਦੇ ਹਾਂ। ਪਰ ਸੇਠਾ ਅਸੀਂ ਤੇ ਪੈਸੇ ਮੰਗੇ ਸੀ ਤੇ ਉਧਾਰ ਮੰਗੇ ਸੀ, ਤੈਨੂੰ ਵਾਪਸ ਮੋੜ ਦੇਣੇ ਸੀ ਸਮੇਤ ਵਿਆਜ ਦੇ। ਖੈਰ ਸੇਠ ਗੁਰੂ ਕੀ ਸੰਗਤ ਘੱਟ ਬੋਲਦਾ ਗਿਆ, ਗੁਰੂ ਕਿਸ ਘਰ ਵਾਪਸ ਆ ਗਏ। ਉਹ ਇੱਕ ਅੱਜ ਦਾ ਹੀ ਦਿਨ ਹੈ, ਕੱਲ੍ਹ ਨੂੰ ਗੁਰੂ ਸਾਹਿਬ ਨੇ ਘਰ ਆ ਜਾਣਾ। ਗੁਰੂ ਕੀ ਸੰਗਤ ਸਾਰਾ ਦਿਨ ਪਿਓ ਪੁੱਤ ਘਰ ਜੇ ਕੰਮ ਕਰ ਵੀ ਕੀ ਕਰਨਾ ਸੀ, ਪੈਸੇ ਤੋਂ ਬਿਨਾਂ ਗੁਰੂ ਕਿਸ ਮਾਇਆ ਨੂੰ ਗੁਜਰਾਣ ਮੰਨਿਆ ਹੈ। ਗੁਰੂ ਕੀ ਸੰਗਤ ਉਸ ਮੌਕੇ ਦੋਵੇਂ ਪਿਓ ਪੁੱਤ ਸੋਏ ਦਿਨ ਕੀ ਕੀਤਾ ਜਾਵੇ, ਦਿਨ ਛਿਪੰਦੇ ਜਾ ਰਿਹਾ ਸੀ, ਖਾਲਸਾ ਦੀ ਸਰਦੀ ਦੀ ਰੁੱਤ ਸੀ। ਮਾਫ਼ ਕਰਨਾ ਗੁਰੂ ਕੀ ਸੰਗਤ, ਦੋਵੇਂ ਪਿਓ ਪੁੱਤ ਸੋਏ ਦਿਨ ਕੀ ਕੀਤਾ ਜਾਵੇ। ਇਹਨਾਂ ਨੇ ਆਖਿਆ ਵੀ ਆਪਾਂ ਕੁਝ ਇਹੋ ਜਿਹੇ ਸਿੱਖ ਹੁੰਦੇ ਸਨ ਗੁਰੂ ਕੇ, ਇਹਨਾਂ ਨੇ ਸਤਸੰਗ ਪ੍ਰੋਗਰਾਮ ਬਣਾਇਆ, ਸੰਮਤ ਤੇ ਮੁਸਨ ਨੇ ਇੰਝ ਕਰਦੇ ਵੀ ਸੇਠ ਦੇ ਘਰੇ ਪਹਾੜ ਲਾ ਦਿੰਦੇ ਹਾਂ। ਪਹਾੜ ਨੇ ਬੜੀ ਨਾਦਰੀ ਹੋਵੇਗੀ, ਬੜੀ ਬੇਇੱਜ਼ਤੀ ਹੋਵੇਗੀ, ਬੜਾ ਸਾਡਾ ਭਾਈਚਾਰੇ ਸਮਾਜ ਦੇ ਵਿੱਚ ਮਾਫ਼ ਕਰਨ ਨਿਰਾਦਰ ਹੋਵੇਗਾ। ਜਦੋਂ ਗੁਰੂ ਸਾਹਿਬ ਘਰ ਆਉਣਗੇ ਸੰਗਤਾਂ ਨੂੰ ਕੀ ਛਕਾਵਾਂਗੇ। ਘਰ ਗੁਰੂ ਕੀ ਸੰਗਤ, ਇਹ ਦੋਵੇਂ ਪਿਓ ਪੁੱਤ ਆਪਾਂ ਜਾਣਦੇ ਹਾਂ ਸਰਦੀ ਦੇ ਵਿੱਚ ਇੱਕਰੀ ਅੱਖ ਲੱਗ ਜੇ ਛੇਤੀ ਖੁੱਲਿਆ ਨਹੀਂ ਕਰਦੀ, ਸਤਸੰਗ ਜੀ ਦੀ ਆਈ ਬਿਸਤਰੇ ਦੀ ਨੀਂਦ ਬੜੀ ਇਸ ਤਰ੍ਹਾਂ ਹੀ ਕੋਈ ਗੂੜੀ ਨੀਂਦ ਹੋਇਆ ਕਰਦੀ। ਘਰ ਗੁਰੂ ਕੀ ਸੰਗਤ ਦੋਵੇਂ ਪਿਓ ਪੁੱਤ ਰਾਤ ਦੇ 12 ਵਜੇ ਸ਼ਾਹੂਕਾਰ ਦੇ ਘਰ ਗਏ। ਗੱਲ ਚੱਲ ਰਹੀ ਹੈ, ਜਿਹੜਾ ਧਿਆਨ ਦੇਣਾ ਮੁਰਦਿਆਂ ਨੂੰ ਜਿਉਂਦੇ ਕਰ ਦੇਣਾ ਇਹ ਤਾਂ ਪਹਿਲੇ ਸਤਿਗੁਰੂ ਪਾਤਸ਼ਾਹ ਵੀ ਕਰਦੇ ਰਹੇ। ਕਹਿੰਦੇ ਨੇ ਖਾਲਸਾ ਜੀ ਪਿਓ ਪੁੱਤ ਇਹੋ ਜਿਹੇ ਸਿੱਖ ਕਿੰਨੀ ਗਰੀਬੀ ਕਰਨਾ। ਖਾਲਸਾ ਜੀ ਆ ਜਾਲਮ, ਆ ਜਾਲਮ ਮਤ ਦਿਖਾ ਕਿਸੇ ਗਰੀਬ ਕੋ, ਗਰੀਬ ਰੋ ਦੇਗਾ, ਗਰੀਬ ਕੀ ਖੁਦਾ ਨੇ ਸੁਣ ਲਈ ਤੋ ਤੇਰਾ ਸਭ ਕੁਝ ਖੋ ਦੇਗਾ।
ਖਾਲਸਾ ਜੀ ਦੋਵੇਂ ਪਿਓ ਪੁੱਤ ਛੱਤ ਤੇ ਚੜੇ। ਖਾਲਸਾ ਜੀ ਉਸ ਮੌਕੇ ਮੂਸਾ ਨੇ ਆਖਿਆ ਬੇਟਾ ਮੈਂ ਥੱਲੇ ਜਾਂਦਾ। ਛੱਤ ਦੇ ਵਿੱਚ ਮੋਹਰਾ ਕੀਤਾ ਗਿਆ, ਸੁਰਾਖ ਕੀਤਾ ਗਿਆ ਤੇ ਸਾਹਮਣੇ ਆਖਿਆ ਬੇਟਾ ਮੈਂ ਨੀਚੇ ਜਾਂਦਾ। ਮੂਸਾ ਨੇ ਆਖਿਆ ਨੀ ਬੇਟਾ ਜੀ ਮੈਂ ਤਗੜਾ ਹਾਂ, ਜਵਾਨੀ ਉਮਰ ਆ ਮੇਰੀ। ਆ ਸਿੱਖੀ ਹੋਰ ਦੇਖੀ ਕੀ ਹੈ, ਦਿੱਖੀ ਹੈ ਟਿੱਕੀ ਹੈ। ਜਿਹੜੇ ਵੀਰ ਕਹਿੰਦੇ ਨੇ ਸਾਡੀਆਂ ਮਜਬੂਰੀਆਂ ਨੇ, ਉਹ ਸੋਚਣ ਸਿੱਖਾਂ ਨੇ ਸਿੱਖੀ ਕਿਵੇਂ ਕਮਾਈ ਤੇ ਅਸੀਂ ਸਿੱਖੀ ਕਿਵੇਂ ਕਮਾਈ, ਤੇਰਾ ਧਿਆਨ ਦੇਣਾ ਪਵੇਗਾ। ਖਾਲਸਾ ਜੀ ਆਖਿਆ ਪਿਓ ਤੇ ਪੁੱਤ ਨੇ ਸੁਰਾਹ ਕੀਤਾ, ਮੋਹਰਾ ਕੀਤਾ ਛੱਤ ਵਿੱਚ। ਕਹਿੰਦੇ ਨੇ ਛੱਤ 'ਚ ਲਾਲਾ ਸਖਤ ਕਿਸਮਤੀਆਂ ਪਰਖਦ, ਬੱਚੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਸੱਸ ਛਮਾਈ ਨਮਾਈ ਸਲਾਮਾ ਅਗਿਆਮ ਹੁੰਦੇ ਹਨ। ਇਸ ਤਰ੍ਹਾਂ ਗੁਰੂ ਨਾਨਕ ਦਾ ਘਰ ਹੈ ਜਿਹੜਾ, ਇਹ ਗੁਰੂ ਕਿਸਨ ਇੱਥੇ ਪ੍ਰਾਇਮਰੀ ਦੇ ਨਰਸਰੀ ਤੋਂ ਲੈ ਕੇ ਇੱਥੇ, ਕਦੇ ਸਮਾਂ ਬੜੇ ਵਿਚਾਰ ਕਰਾਂਗੇ, ਇੱਥੇ ਦੀ ਮਾਰਫਤ ਤੱਕ ਦੀ ਪੜ੍ਹਾਈ ਹੈ। ਮੰਜ਼ਲੇ ਸ਼ਰੀਅਤ, ਮੰਜ਼ਲੇ ਤਰੀਕਤ, ਮੰਜ਼ਲੇ ਹਕੀਕਤ, ਮੰਜ਼ਲੇ ਮਾਰਫਤ, ਉਸ ਕੇ ਕੱਲ ਕੀਰਤਨ ਸ਼ਾਇਰ ਕਰਾਂਗੇ। ਰਹੋ ਵਿਚਾਰ, ਗੁਰੂ ਕਿਸਨ ਇੱਥੇ ਵੀ ਬੜੇ ਬੜੇ ਸਿੱਖਾਂ ਦੇ ਬੜੇ 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 ਇਮਤਿਹਾਨ ਹੋਏ। ਗੁਰੂ ਕਿਸਨ ਪੰਥ ਸਾਜਿਆ ਜਦ ਤਲਵਾਰ ਦੀ ਧਾਰ ਤੇ ਸਾਜਿਆ, ਇਮਤਿਹਾਨ ਹੀ ਸੀ ਹੋਰ ਕੀ ਸੀ, ਕਹਿ ਦਿੰਦਾ ਉਹ ਇਮਤਿਹਾਨ ਹੀ ਸੀ ਹੋਰ ਕੀ ਸੀ, ਇਮਤਿਹਾਨੀ ਸੀ ਭਗਤਾਂ ਪਿਆਰਿਆਂ ਨੂੰ, ਕਦੇ ਦੇਗਾਂ ਦੇ ਵਿੱਚ ਹਕਾੜ ਦਿੰਦਾ, ਕਦੇ ਫੇਰਦਾ ਸਿਰਾਂ ਤੇ ਆਰਿਆਂ ਨੂੰ। ਕਹਿੰਦੇ ਨੇ ਸੁਰਾਖ ਕੀਤਾ, ਸੁਰਾਖ ਦੇ ਰਾਹੀਂ ਸੱਸ ਮੂਸਨ ਮਕਾਨ ਤੋਂ ਥੱਲੇ ਉਤਰਿਆ, ਜਿੱਥੇ ਪੈਸੇ ਪੈ ਸੀ, ਮਾਫ਼ ਕਰਨਾ ਗੁਰੂ ਕਿਸਨ, 500 ਰੁਪਈਆ ਜਿੰਨੀ ਕੁ ਜ਼ਰੂਰਤ ਸੀ ਉਹਨਾਂ ਗਿਣ ਕੇ ਕੱਢਿਆ ਅਤੇ ਆਪਣੇ ਪਿੱਤ ਨੂੰ ਫੜਾ ਦਿੱਤਾ। ਉਪਰੰਤ ਸਤਸੰਗ ਜੀ ਦਿਨ ਚੜ੍ਹਨ 'ਤੇ ਜਾ ਰਿਹਾ ਸੀ। ਖੈਰ ਗੁਰੂ ਕਿਸਨ ਕਹਿੰਦੇ ਨੇ ਇੱਧਰ ਜਦੋਂ ਮੂਸਨ ਨੇ ਹੱਥ ਉਤਾਂਹ ਨੂੰ ਕੀਤਾ, ਪਿਤਾ ਜੀ ਮੈਨੂੰ ਬਾਹਰ ਖਿੱਚੋ, ਜਦੋਂ ਗੁਰੂ ਕੀ ਸੰਗਤ ਸਾਹਮਣੇ ਹੱਥ ਫੜਿਆ, ਗੁਰੂ ਸਾਹਿਬ ਨੇ ਇਹੋ ਜਿਹੀ ਮਾਇਆ ਵਰਤਾਤੀ, ਉਹੜਾ ਮੋਹਰਾ ਸੀ, ਮੁੱਗ ਸੀ, ਸੁਰਾਖ ਸੀ, ਉਹ ਸੌੜਾ ਹੋ ਗਿਆ, ਸਿਰ ਅੜ ਗਿਆ। ਖਾਲਸਾ ਜੀ ਵਿੱਚ ਆ ਕੇ ਉਹ ਨਾ ਥੱਲੇ ਨੂੰ ਜਾਂਦਾ, ਨਾ ਉੱਤੇ ਨੂੰ ਨਿਕਲਦਾ, ਨਾ ਥੱਲੇ ਨੂੰ ਜਾਂਦਾ, ਬੜੀ ਬੜੀ ਕਿਸ਼ਮਕਸ਼ ਹੋ ਰਹੀ ਹੈ। ਇੱਕ ਰੰਗ ਆਉਂਦਾ ਇੱਕ ਜਾਂਦਾ, ਉਹ ਕਿਤੇ ਸੇਠ ਜਾਗ ਨਾ ਪਵੇ, ਸੇਠ ਨੇ ਕਿਤੇ ਰੌਲਾ ਨਾ ਪਾ ਦੇਵੇ ਕਿ ਇਹ ਕੀ ਕਹੇਗਾ ਕਿ ਗੁਰੂ ਦੇ ਸਿੱਖ ਨੇ ਜਿਹੜੇ ਚੋਰੀਆਂ ਕਰਦੇ ਨੇ। ਮਾਫ਼ ਕਰਨਾ ਗੁਰੂ ਕੀ ਸੰਗਤ, ਕਰ ਕਰਦੇ ਕਰਦੇ ਸਾਸਨ ਜੋ ਦਿਨ ਚੜ੍ਹਨ 'ਤੇ ਗਿਆ। ਗੁਰੂ ਸਾਹਿਬ ਇਹੋ ਜਿਹੀ ਮਾਇਆ ਵਰਤਾਈ ਹੋਈ ਹੈ, ਜੋ ਜੀ ਪ੍ਰੀਤਮ ਦੇ ਚੋਜ ਹਨ। ਕਹਿੰਦੇ ਨੇ ਕਿ ਉਹ ਸਾਸਨ ਜੀ ਮੂਸਨ ਦਾ ਗਲਾ ਜਿਹੜਾ, ਉਹ ਸਤਸੰਗ ਜੀ ਉਹ ਸੁਰਾਖ ਦੇ ਵਿੱਚ ਫਸ ਗਿਆ, ਨਾ ਉਤਾਂਹ ਜਾ ਆਇਆ ਜਾਂਦਾ, ਛੋਟਾ ਪੈ ਗਿਆ ਕਹਿ ਲਓ। ਸਤਸੰਗ ਜੀ ਨੇ ਥੱਲੇ ਨੂੰ ਉਸ ਮੌਕੇ ਸਤਸੰਗ ਬਾਹਰ ਉਤਾਂਹ ਨੂੰ ਕਰਦਾ ਤੇ ਕਹਿੰਦਾ ਪਿਤਾ ਜੀ ਮੈਨੂੰ ਬਾਹਰ ਖਿੱਚੋ, ਜਦੋਂ ਵੇਖਿਆ ਵੀ ਹੁਣ ਇਹ ਬਾਹਰ ਨਹੀਂ ਨਿਕਲਿਆ ਜਾਣਾ। ਉਸ ਮੌਕੇ ਸਮਨ ਨੇ ਆਖਿਆ ਪਿਤਾ ਜੀ ਮਾਫ਼ ਕਰਨਾ, ਮੂਸਨ ਨੇ ਆਖਿਆ ਪਿਤਾ ਜੀ ਦੇਰ ਨਾ ਕਰੋ, ਆ ਦਿਨ ਚੜ੍ਹਨ 'ਤੇ ਜਾ ਰਿਹਾ, ਇਹ ਦੇਖੋ ਤਲਵਾਰ ਦੇ ਨਾਲ ਮੇਰੀ ਗਰਦਨ ਕੱਟ ਕੇ ਮੇਰਾ ਸਿਰ ਲੈ ਜਾਓ। ਸਿੱਖੀ ਮਾਫ਼ ਕਰਨਾ ਐਵੇਂ ਨੀ ਕਿਹਾ ਵਾਲੋ ਨਿੱਕੀ ਖੰਨੇ ਤੇ ਕੀ ਇਹ ਤਾਂ ਮਾਰਗ ਜਾਣਾ। ਸੱਸ ਭਗਤਾਂ ਕੀ ਚੱਲ ਰਾਲੀ, ਚਾਲਾ ਤਾਂ ਰਾਲੀ ਭਗਤਾਂ ਕੇਰੀ ਵੇਖੋ ਮਾਰਗ ਚੱਲਣਾ, ਲੱਭ ਲੋ ਹੰਕਾਰ ਤਾਂ ਤ੍ਰਿਸ਼ਨਾ ਬਹੁਤਾ ਨਹੀਂ ਬੋਲਣਾ, ਖੰਨੇ ਤੇ ਕੀ ਮਾਫ਼ ਕਰਨਾ ਵਾਲੋ ਨਿੱਕੀ ਇਹ ਤਾਂ ਮਾਰਗ ਜਾਣਾ। ਗੁਰੂ ਕੀ ਸੰਗਤ ਸਮਨ ਨੇ ਆਖਿਆ ਬੇਟਾ ਤੇਰੀ ਗਰਦਨ ਕਿਵੇਂ ਕੱਟਾਂ, ਤੇਰੀ ਮਾਂ ਵੀ ਜੱਗ ਤੇ ਨਹੀਂ, ਦੋਵੇਂ ਪਿਓ ਪੁੱਤ ਇਕੱਠੇ ਰਿਹਾ ਕਰਦੇ ਸੁਣ ਬੇਟਾ। ਪਿਤਾ ਨੇ ਆਖਿਆ ਬੇਟਾ ਤੇਰੀ ਗਰਦਨ ਤੇ ਤਲਵਾਰ ਮੈਂ ਫੇਰਾਂ, ਬਹੁਤ ਔਖੀ ਗੱਲ ਹੈ। ਸੁਮਨ ਨੇ ਆਖਿਆ ਮੂਸਾ ਇਹ ਨਹੀਂ ਹੋ ਸਕਦਾ। ਮੂਸਾ ਨੇ ਆਖਿਆ ਪਿਤਾ ਜੀ ਪਿਤਾ ਜੀ ਪਿਤਾ ਜੀ, ਰੋਜ਼ ਬਾਣੀ ਪੜ੍ਹਦੇ ਹਾਂ ਅਸੀਂ, ਸਿੱਖ ਗੁਰੂ ਤੋਂ ਕੁਰਬਾਨ ਜਾਂਦਾ ਹੈ, ਬਲਿਹਾਰੀ ਗੁਰ ਆਪਣੇ ਦਿਓ ਬਾੜੀ ਸਦਵਾਰ, ਪਿਤਾ ਜੀ ਸਮਾਂ ਨਾ ਲਾਓ, ਬਹੁਤੀਆਂ ਗਹਿਰੀਆਂ ਸੋਚਾਂ ਵਿੱਚ ਨਾ ਪਾਓ, ਪਿਤਾ ਜੀ ਇਹ ਸਮਾਂ ਬਹੁਤੀਆਂ ਵਿਚਾਰਾਂ ਕਰਨ ਦਾ ਨਹੀਂ, ਦਿਨ ਚੜ੍ਹਨ 'ਤੇ ਜਾ ਰਿਹਾ, ਕਿਰਪਾ ਕਰੋ। ਕਹਿੰਦੇ ਨੇ ਪੱਥਰ ਤੇ ਦਿਲ ਤੇ ਪੱਥਰ ਰੱਖਦੇ ਸਮਨ ਕਿੱਚੀ ਮਿਆਨ ਦੇ ਵਿੱਚੋਂ ਤਲਵਾਰ, ਕਿੱਥੇ ਬੈਠੇ ਹਾਂ ਅਸੀਂ, ਸਿੱਧੇ ਬੈਠੇ ਹਾਂ, ਕਿੱਥੇ ਬੈਠੇ ਹਾਂ ਅਸੀਂ, ਸੋਚੋ ਵਾਟ ਅਵਰ ਲਾਈਫ, ਸਾਡੀ ਜ਼ਿੰਦਗੀ ਕੀ ਆ। ਕਹਿੰਦੇ ਨੇ ਖਿੱਚੀ ਮਿਆਨ ਦੇ ਵਿੱਚੋਂ ਤਲਵਾਰ, ਦਿਲ ਤੇ ਪੱਥਰ ਰੱਖ ਕੇ ਸਮਨ ਨੇ ਤਲਵਾਰ ਦਾ ਵਾਰ ਕੀਤਾ। ਖਾਲਸਾ ਜੀ ਮਾਫ਼ ਕਰਨਾ ਤੇ ਬੱਚੇ ਦੀ ਗਰਦਨ ਕੱਟ, ਜਦੋਂ ਕੱਟ ਗਰਦਨ ਤੇ ਵਾਰ ਕੀਤਾ ਨਾ, ਧੜ ਥੱਲੇ ਡਿੱਗ ਪਿਆ ਬੱਚੇ ਦਾ ਸਿਰ ਲੈ ਕੇ, ਤੇ ਸਮਨ ਸਤਸੰਗ ਜੀ ਤੁਰਿਆ ਆਉਂਦਾ, ਆਉਂਦਾ ਬੇਟਾ ਗੋਰੀ ਸੇਤੀ ਟੁੱਟੇ ਪਤਾਰ ਮੈਂ ਸੁਣਿਆ ਸੀ, ਆਹ ਪੁੱਤੀ ਗੰਢ ਪਵੇ ਸੰਸਾਰ ਪੁੱਤਰਾ, ਤਾਹੀ ਮਾਰ ਕੇ ਮੱਥੇ ਤੇ ਸਖ ਰਵੇ
ਹੱਥ ਮਾਰ ਕੇ ਮੱਥੇ ਤੇ ਸਿੱਖ ਲਵੇ ਤੇ ਜੱਗ ਵਿੱਚ ਸਾਜਨਾ ਰਹੀ ਓਏ ਹੱਥ ਮਾਰ ਕੇ ਸਿੱਖ ਬੱਚੇ ਦਾ ਸਿਰ ਲੈ ਕੇ ਬੁੱਕਲ ਦੇ ਵਿੱਚ ਲਪੇਟ ਕੇ ਘਰ ਆ ਗਿਆ। ਤੁਰਿਆ ਆਉਂਦਾ ਪਾਤਸ਼ਾਹ ਅਰਦਾਸਾਂ ਕਰਦਾ ਗਰੀਬ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਮੈਂ ਸੁਣਿਆ ਸੀ ਕਿ ਸਿੱਖੀ ਬਹੁਤ ਤਿੱਖੀ ਹੈ। ਮੈਂ ਸੁਣਿਆ ਸੀ ਇਸ ਰਾਹ ਤੇ ਚੱਲਣ ਵਾਲਿਆਂ ਨੂੰ ਮੌਤ ਦੇ ਕਫਨ ਬੰਨ ਕੇ ਤੁਰਨਾ ਪੈਂਦਾ। ਸਿੱਖ ਦੇ ਘਰੇ ਇੱਕ ਮਕਾਨ ਥੱਲੇ ਸੀ, ਇੱਕ ਉੱਪਰ ਸੀ, ਕੱਚਾ ਚਬਾਰਾ ਸੀ। ਉੱਪਰ ਮੰਜੇ ਤੇ ਜਾ ਕੇ ਬੱਚੇ ਦਾ ਸਿਰ ਨਾਲ ਬਿਸਤਰਾ ਵਗੈਰਾ ਵਿਛਾ ਕੇ ਤੇ ਉੱਤੇ ਸਿਰ ਰੱਖ ਦਿੱਤਾ। ਇੱਧਰੋਂ ਸੱਸ ਜੀ ਸੂਰਜ ਨਿਕਲਿਆ, ਸੇਠ ਉੱਠਿਆ, ਮਾਫ ਕਰਨਾ, ਸੂਰਜ ਨਿਕਲਦੇ ਗਿਆ, ਮੂੰਹ ਹਨੇਰਾ ਸੀ। ਸੇਠ ਉੱਠਿਆ ਤੇ ਕੀ ਵੇਖਿਆ, ਘਰ ਦੇ ਵਿੱਚ ਕੋਈ ਮੁਰਦੇ ਦੀ ਲਾਸ਼ ਸੁੱਟ ਗਿਆ, ਡੈਡ ਬੋਡੀ। ਸੇਠ ਕੰਬ ਉੱਠਿਆ, ਉਹ ਮਾਰਿਆ ਜਾਵਾਂਗਾ ਜੇ ਲੋਕਾਂ ਨੂੰ ਪਤਾ ਲੱਗ ਗਿਆ, ਮੇ ਇਹ ਕਤਲ ਇਹ ਖੂਨ ਮੇਰੇ ਸਿਰੇ ਚੜ ਜਾਣਾ ਹੈ, ਮੇਰੇ ਸਿਰ ਪੈ ਜਾਣਾ। ਮਨ ਵਿੱਚ ਖਿਆਲ ਆਇਆ, ਇਸ ਮੁਰਦੇ ਦੀ ਲਾਸ਼ ਨੂੰ ਕੌਣ ਚੱਕ ਸਕਦਾ, ਬੱਚਿਆਂ ਦੇ ਹੱਥ, ਬੱਚਿਆਂ ਦੇ ਸਿਰ ਹੱਥਾਂ 'ਚ ਚੱਕਣੇ ਪਏ ਇਸ ਮਾਰਗ 'ਤੇ ਚੱਲਣ ਵਾਲਿਆਂ ਨੂੰ, ਬੱਚਿਆਂ ਦੇ ਸਿਰ ਹੱਥਾਂ ਵਿੱਚ ਫੜ ਕੇ ਤੁਰਨਾ ਪਿਆ। ਕਹਿੰਦੇ ਨੇ ਸੇਠ ਦੇ ਮਨ ਵਿੱਚ ਖਿਆਲ ਆਇਆ ਵੀ ਇਹ ਮੁਰਦੇ ਦੀ ਲਾਸ਼ ਕੌਣ ਜਾ ਸਕਦਾ, ਕਿਉਂਕਿ ਚਿਹਰੇ ਤੋਂ ਪਛਾਣ ਹੁੰਦੀ ਆ। ਕਹਿੰਦੇ ਨੇ ਗੁਰੂ ਕੀ ਸਿੰਘ, ਸੇਠ ਦੇ ਮਨ ਵਿੱਚ ਖਿਆਲ ਆਇਆ ਕਿ ਕੱਲ੍ਹ ਸੰਮਣ ਮੂਸਣ ਆਇਆ ਸੀ। ਕਹਿੰਦੇ ਨੇ ਸੇਠ ਕਾਹਲੀ ਕਾਹਲੀ ਸੰਬੰਧੇ ਕਰੇ ਗਿਆ, ਜਾ ਕੇ ਆਖਿਆ, ਸੰਮਣਾ ਤੇਰਾ ਤੇ ਸਾਡਾ ਲੈਣ ਦੇਣ ਕਈਆਂ ਕਈਆਂ ਸਾਲਾਂ ਤੋਂ ਤੁਰਿਆ ਆਉਂਦਾ, ਮੈਨੂੰ ਤੇ ਐਵੇਂ ਕਿਸੇ ਨੇ ਬਹਿਕਾ ਦਿੱਤਾ ਸੀ, ਮੈਂ ਤਾਂ ਐਵੇਂ ਕਿਸੇ ਚੁਗਲਖੋਰ ਦੀਆਂ ਗੱਲਾਂ ਵਿੱਚ ਆ ਗਿਆ ਸੀ। ਆਖਿਆ, ਸੰਮਣਾ ਸੰਮਣਾ ਪੈਸਿਆਂ ਦੀ ਕਿਹੜੀ ਗੱਲ ਆ, ਜਿੰਨੇ ਮਰਜ਼ੀ ਪੈਸੇ ਲੈ ਲੈ, ਉਹ ਮੇਰੇ ਘਰੇ ਕੋਈ ਨਾ ਮੁਰਦੇ ਦੀ ਲਾਸ਼ ਸੱਟ ਗਿਆ, ਕਿਰਪਾ ਕਰ ਮੇਰੇ ਘਰੋਂ ਉਹ ਮੁਰਦੇ ਦੀ ਲਾਸ਼ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਪਾਸੇ ਲਾ। ਸੰਮਣ ਦਾ ਤੇ ਆਪਣੇ ਪੁੱਤਰ ਸੀ, ਕਹਦੇ ਵਾਹਿਗੁਰੂ। ਆਖਿਆ, ਕੋਈ ਗੱਲ ਨਹੀਂ ਸੇਠ ਜੀ, ਮੈਂ ਹੁਣੇ ਚੱਲਦਾ। ਆਪਣੇ ਬੱਚੇ ਨੂੰ ਮੂੰਹ ਹਨੇਰਾ ਸੀ, ਬੱਚੇ ਮੁਰਦਾ ਬੱਚੇ ਦੀ ਲਾਸ਼ ਖਾਲਸਾ ਜੀ ਸਿੱਖ ਪਿੱਠ ਤੇ ਰੱਖ ਕੇ ਤੁਰਿਆ ਆਉਂਦਾ ਹੈ। ਲਿਆ ਕੇ ਮੁਰਦਾ ਪੁੱਤਰ ਦੀ ਲਾਸ਼ ਉੱਪਰ ਚਬਾਰੇ ਦੇ ਵਿੱਚ ਜਿੱਥੇ ਬੱਚੇ ਦਾ ਸਿਰ ਰੱਖਿਆ ਸੀ, ਮਾਫ ਕਰਨਾ ਖਾਲਸਾ ਜੀ, ਉੱਥੇ ਲਿਆ ਕੇ ਨਾ ਆਪਣੇ ਬੱਚੇ ਦਾ ਧੜ ਰੱਖ ਦਿੱਤਾ, ਤੇ ਧੜ ਨੂੰ ਸਿਰ ਦੇ ਨਾਲ ਸਿਰ ਨੂੰ ਧੜ ਨਾਲ ਜੋੜ ਕੇ ਨਾ ਗੁਰੂ ਕਿਸਮ ਉੱਪਰ ਚਾਦਰ ਪਾ ਦਿੱਤੀ। ਗਲੀ ਮੁਹੱਲੇ ਦੇ ਜਿੰਨੇ ਵੀ ਮਿਲਣ ਵਾਲੇ ਭਾਈਚਾਰੇ ਦੇ ਲੋਕ ਸਨ, ਸਾਰੇ ਨੂੰ ਇਕੱਠੇ ਕਰਕੇ ਪ੍ਰਸ਼ਾਦੇ ਤਿਆਰ ਹੋ ਰਹੇ ਨੇ। ਸਿੱਖ ਨਾਲੇ ਸੇਵਾ ਕਰਦਾ, ਨਾਲੇ ਪੜ੍ਹੀ ਜਾਂਦਾ ਹੈ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰਲੀ ਸੁਖ ਸਾਰ, ਕਿਰਪਾ ਕਰੇ ਜਿਸ ਆਪਣੀ ਤਾਂ ਲਾਏ ਹੇਤ ਪਿਆਰ। ਸਿੱਖ ਪੜ੍ਹੀ ਜਾਂਦਾ, ਪ੍ਰਸ਼ਾਦਾ ਤਿਆਰ ਹੋ ਗਿਆ, ਇੱਕ ਪਾਸੇ ਪੰਡਾਲ ਲੱਗਾ, ਗੁਰੂ ਸਾਹਿਬ ਆਏ, ਸਿੱਖ ਨੂੰ ਚਾਅ ਚੜ ਗਿਆ, ਮਨ ਵੈਰਾਗ ਵਿੱਚ ਹੈ, ਗੁਰੂ ਕੀ ਸੰਗਧਰੀ ਦਾ ਸਰੀ ਕੀਰਤਨ ਹੋ ਗਿਆ, ਸ਼ੁਰੂ ਹੋ ਗਏ ਸਤਿਗੁਰ ਪਾਤਸ਼ਾਹ ਨੇ ਸਿੱਖ ਦੇ ਘਰੇ ਚਰਨ ਪਾਏ, ਇੱਕ ਪਾਸੇ ਲੰਗਰ ਤਿਆਰ ਹੋ ਰਹੇ ਨੇ। ਇਧਰੋਂ ਸਤਸੰਗ ਉਹ ਸਮਾਂ ਆਇਆ ਜਦੋਂ ਅਰਦਾਸ ਹੋ ਗਈ, ਕੀਰਤਨ ਦੀ ਸਮਾਪਤੀ ਹੋਈ, ਅਰਦਾਸ ਹੋਈ। ਕਹਿੰਦੇ ਨੇ ਗੁਰੂ ਪਿਆਰੇ, ਗੁਰੂ ਕਾ ਲੰਗਰ ਤਿਆਰ ਹੋ ਗਿਆ, ਉਪਰੰਤ ਪੰਗਤਾਂ ਲੱਗ ਗਈਆਂ, ਤੇ ਕਹਿੰਦੇ ਨੇ ਪਾਤਸ਼ਾਹ ਜੀ ਪੰਗਤ 'ਚ ਬੈਠ ਕੇ ਬੈਠੇ ਨੇ, ਪ੍ਰਸ਼ਾਦਾ ਛਕਾਉਣਾ ਸੀ ਸੰਮਣ ਨੇ।
ਇੱਧਰ ਕਹਿੰਦੇ ਨੇ ਸੰਗਤਾਂ ਵਗੈਰਾ ਜਿਹੜੀਆਂ ਸੇਵਾਦਾਰ ਸਨ ਸਾਰੇ ਸੇਵਾ ਵਿੱਚ ਹਾਜ਼ਰ ਹਨ ਤਿਆਰ ਹਨ। ਜਦੋਂ ਪ੍ਰਸ਼ਾਦਾ ਛਕਣਾ ਛਕਾਉਣਾ ਸੀ ਕਹਿੰਦੇ ਨੇ ਸੰਮਣ ਹੱਥ ਵਿੱਚ ਦਲ ਵਾਲਾ ਗੜਵਾ ਫੜਿਆ ਤੇ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਇੱਕ ਹੱਥ ਵਿੱਚ ਥਾਲਾ ਅੱਗੇ ਰੱਖ ਕੇ ਤੇ ਪਾਤਸ਼ਾਹ ਦੇ ਪਵਿੱਤਰ ਹੱਥ ਸੁੱਚੇ ਲਗਾ ਕਰਾਉਣ ਤੇ ਗੁਰਦੇਵ ਕਹਿੰਦੇ ਨੇ ਸੰਮਣਾ ਮੂਸਣ ਕਿੱਥੇ ਆ ਬਾਈ ਮੂਸਣ ਕਿੱਥੇ ਆ। ਆਖਿਆ ਮਹਾਰਾਜ ਮੂਸਣ ਬੜਾ ਥੱਕਿਆ ਹੋਇਆ ਬਹੁਤ ਥੱਕਿਆ ਹੋਇਆ। ਬਾਣੀ 'ਚ ਆਉਂਦਾ ਸੰਮਣ ਮਾਫ਼ ਕਰਨਾ ਗੁਰੂ ਕੀ ਸੰਮਣ ਸੰਗਤ ਸੰਮਣ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ ਰਾਵਣ ਉਤੋਂ ਸੁਰੰਕ ਨਾ। ਕਹਿੰਦੇ ਨੇ ਰਾਵਣ ਗਰੀਬ ਨਹੀਂ ਸੀ ਕਹਿੰਦੇ ਵਾਹਿਗੁਰੂ ਔਰ ਜਿਹਦੀ ਲੰਕਾ ਸੋਨੇ ਦੀ ਬਣੀ ਸੀ। ਇਹ ਪੰਜਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਉਚਾਰਨ ਕੀਤਾ ਸੰਮਣ ਨੂੰ ਉਪਦੇਸ਼ ਦਿੰਦੇ ਉਚਾਰਨ ਕੀਤਾ ਕਹਿੰਦੇ ਵਾਹਿਗੁਰੂ ਜਿਹੜੇ ਮਨਾਂ ਵਿੱਚ ਝਾਤੀਆਂ ਮਾਰਦੇ ਨੇ ਮਾਫ਼ ਕਰਨਾ ਜਿਹੜਾ ਮਨਾਂ ਵਿੱਚ ਝਾਤੀਆਂ ਮਾਰੋ ਜਿਹੜੇ ਨੁਕਤਾ ਚੀਨੀ ਕਿੰਤੂ ਪ੍ਰੰਤੂ ਕਰਦੇ ਨੇ ਗੁਰੂ ਘਰ ਤੇ ਜਿਹੜਾ ਧਿਆਨ ਦੇਣਾ ਪਵੇਗਾ। ਕਹਿੰਦੇ ਨੇ ਪਾਤਸ਼ਾਹ ਨੇ ਆਖਿਆ ਉਹ ਸੰਮਣਾ ਮੂਸਣ ਕਿੱਥੇ ਹੈ। ਆਖਿਆ ਮਹਾਰਾਜ ਮੂਸਣ ਬੜਾ ਥੱਕਾ ਹੈ ਸਾਰੀ ਰਾਤ ਜਾਗਦਾ ਰਿਹਾ ਮਹਾਰਾਜ ਇਹਨਾਂ ਥੱਕਾ ਉਹ ਆਰਾਮ ਕਰ ਰਿਹਾ ਮਹਾਰਾਜ ਉਹ ਆਰਾਮ ਕਰ ਰਿਹਾ ਸੁੱਤਾ ਪਿਆ। ਗੁਰਦੇਵ ਲੱਗੇ ਕਹਿਣ ਸੰਮਣਾ ਅਸੀਂ ਤੇ ਉਦੋਂ ਤੱਕ ਪ੍ਰਸ਼ਾਦਾ ਨਹੀਂ ਛਕਣਾ ਜਦੋਂ ਤੱਕ ਮੂਸਣ ਆ ਕੇ ਪ੍ਰਸ਼ਾਦਾ ਨਾ ਛਕਾਏ। ਆਖਿਆ ਮਹਾਰਾਜ ਉਹ ਬਹੁਤਾ ਹੀ ਥੱਕ ਗਿਆ ਬਹੁਤਾ ਥੱਕ ਗਿਆ। ਗੁਰਦੇਵ ਨੇ ਆਖਿਆ ਸੰਮਣਾ ਸੰਮਣਾ ਤੂੰ ਮੂਸਣ ਨੂੰ ਬੁਲਾ। ਸਿੱਖ ਨੇ ਆਖਿਆ ਮੈਂ ਆਰਾਮ ਕਰ ਰਿਹਾ ਬਹੁਤਾ ਹੀ ਥੱਕਾ। ਗੁਰਦੇਵ ਨੇ ਆਖਿਆ ਬਈ ਮੂਸਣਾ ਸੰਮਣਾ ਅਸੀਂ ਪ੍ਰਸ਼ਾਦਾ ਇੰਜ ਨਹੀਂ ਛਕਣਾ ਅਸੀਂ ਤੇ ਪ੍ਰਸ਼ਾਦਾ ਤਦ ਛਕਣਾ ਜੇਕਰ ਸਾਨੂੰ ਮੂਸਣਾ ਕੇ ਪ੍ਰਸ਼ਾਦਾ ਛਕਾਵੇਗਾ। ਉਹਦੇ ਮਨ ਵਿੱਚ ਬੜਾ ਚਾਅ ਸੀ ਪਰਸੋਂ ਜਦੋਂ ਤੁਸੀਂ ਗਏ ਸੀ ਸਿੱਖਣ ਦੇ ਦੰਦ ਜੁੜ ਗਏ। ਆਖਿਆ ਪਾਤਸ਼ਾਹ ਉਹ ਗੂੜੀ ਨੂੰਦ ਸੌਂ ਗਿਆ ਉਹ ਬੜੀ ਗੂੜੀ ਨੀਂਦ ਸੌਂ ਗਿਆ ਮਹਾਰਾਜ। ਪਾਤਸ਼ਾਹ ਕਹਿੰਦੇ ਆਵਾਜ਼ ਮਾਰ। ਆਖਿਆ ਮਹਾਰਾਜ ਗਰੀਬ ਨਵਾਜ ਕਿਸੋ ਕਿਸੋ ਕੂਕੀ ਨਾ ਸੋਈਏ ਸਾਰ ਉੱਥੇ ਮੇਰੀ ਕੂਕ ਨਹੀਂ ਜਾਂਦੀ ਉੱਥੇ ਮੇਰੀ ਆਵਾਜ਼ ਨਹੀਂ ਜਾਂਦੀ ਗਰੀਬ ਨਵਾਜ ਉੱਥੇ ਆਵਾਜ਼ ਨਾ ਗੁਰੂ ਜੀ ਮੇਰੀ ਜਾਵ ਜਿੱਥਾ ਮੇਰਾ ਗਰੀਬ ਨਵਾਜ ਉੱਥੇ ਤੁਹਾਡੀ ਆਵਾਜ਼ ਜਾ ਸਕਦੀ ਆ ਤੁਹਾਡੀ ਆਵਾਜ਼ ਜਾ ਸਕਦੀ ਆ। ਮਹਾਰਾਜ ਆਵਾਜ਼ ਮਾਰ ਕੇ ਬੁਲਾ ਲਓ। ਪਾਤਸ਼ਾਹ ਨੇ ਆਵਾਜ਼ ਦਿੱਤੀ ਕਮਾਲ ਦੀ ਗੱਲ ਮੂਸਣਾ ਸਮਾਂ ਤੇ ਬੜੇ ਤਰਲੇ ਕਰ ਕਰਕੇ ਮੰਗਿਆ ਸੀ ਕਿ ਸਾਡੇ ਘਰੇ ਚਰਨ ਪਾਓ ਹੁਣ ਤੁਹਾਡੇ ਘਰੇ ਚਰਨ ਪਾਏ ਨੇ ਤੇ ਤੁਸੀਂ ਕੋਟ ਚਬਾਰੇ ਤੇ ਚੜ੍ਹ ਕੇ ਸੌਂ ਗਏ ਆ ਵੀ ਮੂਸਣਾ ਅਸੀਂ ਪ੍ਰਸ਼ਾਦਾ ਤਾਂ ਹੀ ਛਕਣਾ ਜੇ ਤੂੰ ਛਕਾਏਗਾ। ਆਵਾਜ਼ ਦਿੱਤੀ ਪਾਤਸ਼ਾਹ ਨੇ ਮੂਸਣਾ ਕਮਾਲ ਦੀ ਗੱਲ ਆ ਮੂਸਣਾ ਘਰ ਸੱਦ ਕੇ ਸਾਨੂੰ ਤੇ ਆਪ ਚੁਬਾਰੇ ਤੇ ਚੜ੍ਹ ਕੇ ਸੌ ਰਿਹਾ ਆਹ ਦਰਸ਼ਨ ਆ ਕੇ ਤੇ ਮਾਫ਼ ਕਰਨਾ ਸੰਗਤ ਦੀ ਸੇਵਾ ਕਰ ਤੇ ਪ੍ਰਸ਼ਾਦਾ ਛਕਾ। ਗੁਰਦੇਵ ਨੇ ਮਾਹ ਦਿੱਤੀ ਆਹ ਮੂਸਣ ਵਹਿਰੂ ਵਹਿਰੂ ਕਹਿੰਦਾ ਚੁਬਾਰੇ ਤੋਂ ਉੱਠ ਕੇ ਤੇ ਥੱਲੇ ਆ ਗਿਆ ਫੜ ਸਾਹਿਬ ਜਰਾ ਧਿਆਨ ਦੇਣਾ ਪਵੇਗਾ। ਇੱਕ ਵਾਰੀ ਕਹੋਗੇ ਵਾਹਿਗੁਰੂ ਭਾਗਾਂ ਵਾਲੇ ਹੋ ਸੰਮਣ ਨੇ ਮਾਫ਼ ਕਰਨਾ ਆਪਣੇ ਬੱਚੇ ਦੀ ਗਰਦਨ ਆਪ ਵੱਡੀ ਸੀ ਆਪ ਵੱਡੀ। ਜੇ ਸਿੱਖ ਦੇ ਬੱਚੇ ਦੀ ਗਰਦਨ ਸਿੱਖ ਦੇ ਹੱਥੀਂ ਕੱਟੀ ਗਰਦਨ ਨੂੰ ਜੇ ਸਿੱਖ ਦੇ ਹੱਥੀਂ ਕੱਟੀ ਗਰਦਨ ਨੂੰ ਪੰਜਵੇਂ ਪਾਤਸ਼ਾਹ ਜੋੜ ਸਕਦੇ ਨੇ ਆਪਣੇ ਸਿੱਖਾਂ ਦੇ ਹੱਥੀਂ ਆਪਣੇ ਹੱਥੀਂ ਆਪਣੇ ਸਿੱਖਾਂ ਦੇ ਕੱਟੇ ਸਿਰਾਂ ਨੂੰ ਦਸਵੇਂ ਪਾਤਸ਼ਾਹ ਭਲਾ ਕਿਵੇਂ ਨਹੀਂ ਸੀ ਜੋੜ ਸਕਦੇ ਘਰ ਸਾਹਿਬ ਜੀ। ਸਿੱਖ ਦੇ ਹੱਥਾਂ ਦਾ ਕੱਟਿਆ ਸਿਰ ਬੱਲੇ 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 ਸਿੱਖ ਦੇ ਹੱਥਾਂ ਦੀ ਕੱਟੀ ਗਰਦਨ
ਪੰਜਵੇਂ ਪਾਤਸ਼ਾਹ ਜੇਕਰ ਜੋੜ ਸਕਦੇ ਨੇ, ਭਲਾ ਦਸਵੇਂ ਪਾਤਸ਼ਾਹ ਆਪਣੇ ਹੱਥੀ ਕੱਟੇ ਆਪਣੇ ਸਿੱਖਾਂ ਦੇ ਸਿਰ ਧਾਰਨਾ ਕਿਵੇਂ ਨਹੀਂ ਸੀ ਜੋੜ ਸਕਦੇ? ਕਹਿੰਦੇ ਨੇ ਸੰਮਨ ਵਹਿਰੂ ਵਹਿਰੂ ਕਹਿੰਦਾ ਮਾਫ ਕਰਨਾ, ਮੂਸਨ ਵਹਿਰੂ ਵਹਿਰੂ ਕਹਿੰਦਾ ਚਬਾਰੇ ਤੂੰ ਥੱਲੇ ਉਤਰਿਆ ਤੇ ਆ ਕੇ ਮਹਾਰਾਜ ਦੇ ਚਰਨਾਂ ਤੇ ਟੈਪਿਆ, ਗੁਰਦੇਵ ਲੱਗੇ ਕਰ ਮੂਸਣਾ ਕਿੱਥੇ ਗਿਆ ਸੀ? ਘੱਟ ਘੱਟ ਮਾਲਕ ਦਿਲਾਂ ਦਾ ਸੱਚਾ ਭਗਤ ਗਾ ਰੱਖਿਆ, ਮਹਾਰਾਜ ਮੈਂ ਕਿੱਥੇ ਜਾਣਾ ਸੀ? ਤੂੰ ਜਾਣੇ ਕਰਤਾਰ ਤੇਰੀਆਂ, ਬੇਨਤੀ ਕੀਤੀ ਮਹਾਰਾਜ ਚੋ ਜੀ ਪ੍ਰੀਤਮਨ ਤੇਰੇ ਚੁਰਜ ਮੇਰੀ ਸਮਝ ਤੋਂ ਪਰੇ ਹਨ। ਖਾਲਸਾ ਜੀ ਤੇ ਮੁਸਮਨ ਤੇ ਮੂਸਨ, ਮੂਸਨ ਨੇ ਆਖਿਆ ਪਾਤਸ਼ਾਹ ਤੁਹਾਡੇ ਚੁਰਜ ਮੇਰੀ ਸਮਝ ਤੋਂ ਪਰੇ ਹਨ। ਸਮਨ ਤਿੰਨੇ ਦੋਵੇਂ ਹੱਥ ਜੁੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਸੁਣਿਆ ਸੀ ਸਿੱਖੀ ਬੜੀ ਤੇ ਕੀ ਆ? ਗੁਰਦੇਵ ਲੱਗੇ ਕਹਿਣ ਸੁਮਣਾ ਸਿੱਖੀ ਪ੍ਰੇਮ ਦੇ ਬਦਲੇ ਮਿਲਦੀ ਆ। ਰਾਵਣ ਗਰੀਬ ਨਹੀਂ ਸੀ, ਰਾਵਣ ਦੀ ਲੰਕਾ ਸੋਨੇ ਦੀ ਸੀ। ਉਹ ਰਾਵਣ ਜਿਹਨੇ ਆਪਣੇ ਗੁਰੂ ਸ਼ਿਵ ਜੀ ਨੂੰ ਖੁਸ਼ ਕਰਨ ਵਾਸਤੇ ਨਾ ਖੁਸ਼ ਕਰਨ ਵਾਸਤੇ ਆਪਣੇ ਦਸੇ ਸਿਰ ਵੱਢ ਕੇ ਦੇ ਦਿੱਤੇ। ਹਾਂ ਸਮਨ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਸਾਟ, ਰਾਵਣ ਹੋ ਤੋ ਸੋ ਰੰਕ ਨਾ, ਰੰਕ ਨਾ ਗਰੀਬ ਦਾ। ਰਾਵਣ ਕੋਈ ਗਰੀਬ ਥੋੜਾ ਸੀ, ਕਹਿ ਦਿਓ ਵਾਹਿਗੁਰੂ। ਰਾਵਣ ਹੋ ਤੋ ਸੋ ਰੰਕ ਨਾ ਜਿਨ ਸਿਰ ਦੀਨੋ ਕਾਟ, ਜਿਹਨੇ ਆਪਣੇ ਸਿਰ ਕੱਟ ਕੇ ਨਾ ਆਪਣੇ ਗੁਰੂ ਸ਼ਿਵ ਜੀ ਦੇ ਤਾਂ ਸ਼ਿਵ ਜੀ ਦੀ ਖੁਸ਼ੀ ਲਈ ਸੀ। ਆਖਿਆ ਸਮਨ ਪੁੱਤਰਾ ਸਿੱਖਾ ਗੁਰੂ ਦੀ ਖੁਸ਼ੀ ਸਿਰ ਦੇ ਬਦਲੇ ਮਿਲਦੀ, ਦੌਲਤਾਂ ਦੇ ਬਦਲੇ ਨਹੀਂ ਮਿਲਦੀ। ਜੇ ਦੌਲਤਾਂ ਦੇ ਬਦਲੇ ਮਿਲਦੀ ਹੁੰਦੀ ਤੇ ਰਾਵਣ ਕੋਈ ਗਰੀਬ ਨਹੀਂ ਸੀ। ਭਾਗਮ ਵਾਲਿਓ ਖਾਲਸਾ ਜੀ ਮਾਫ ਕਰਨਾ, ਸਤਿਗੁਰ ਮੇਰਾ ਸੰਗ ਹੈ ਨਾਲੇ, ਸਤਿਗੁਰ ਮੇਰਾ ਮਾਲ ਜੇ ਨਾਲੇ ਗੁਰੂ ਮੁਰਦਿਆਂ ਵਿੱਚ ਜਾਨ ਪਾ ਦਿੰਦਾ, ਗੁਰੂ ਮੁਰਦਿਆਂ ਨੂੰ ਜਿਉਂਦੇ ਕਰ ਦਿੰਦਾ। ਗੁਰੂ ਕੀ ਸੰਗਤ ਇੰਨੇ ਸ਼ਬਦ ਪ੍ਰਵਾਨ, ਕੱਲ ਨੂੰ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ। ਇਹ ਗੱਲਾਂ ਤੇ ਭਗਤਾਂ ਵਿੱਚ ਵੀ ਸਨ, ਕੱਲ ਦੇ ਕੀਰਤਨ ਚ ਵਿਚਾਰ ਕਰਾਂਗੇ। ਭਗਤ ਵੀ ਜਿਉਂਦੇ ਕਰਦੇ ਰਹਿ, ਭਗਤ ਵੀ ਜਿਉਂਦੇ ਕਰਦੇ ਰਹਿ। ਪਹਿਲਾਂ ਗੁਰੂ ਪੁੱਤਰਾਂ ਤੇ ਗੱਲ ਚੱਲੀ, ਹੁਣ ਸਤਿਗੁਰ ਪਾਤਸ਼ਾਹ ਤੇ ਗੱਲ ਚੱਲੀ, ਉਹ ਕੱਲ ਨੂੰ ਭਗਤਾਂ ਦੀ ਗੱਲ ਕਰਾਂਗੇ। ਕਹਿ ਦੇ ਵਾਹਿਗੁਰੂ ਜਿਹੜੇ ਬਾਣੀ ਵਿੱਚ ਬੈਠੇ ਹਨ, ਗੁਰੂ ਪਿਆਰੇ ਸਿੱਖੀ ਮਾਰਗ ਸ਼ਰਧਾ ਤੇ ਪ੍ਰੇਮ ਦਾ ਮਾਰਗ ਹੈ। ਗੁਰੂ ਕੀ ਸੰਗਤ ਮਾਫ ਕਰਨਾ, ਇੰਨੇ ਸ਼ੁਭ ਪ੍ਰਵਾਨ, ਉਹਨਾਂ ਭੁੱਲਾਂ ਦੀ ਮਾਫ਼ੀ ਹੁਣ। ਸਾਧ ਸੰਗਤ ਜੀ ਕੁਛ ਸਮਾਂ ਜ਼ਿਆਦਾ ਲੱਗੇ, ਨੰਸਾ ਦਾ ਪਾਠ ਪੜਿਆ ਜਾਏਗਾ, ਕੀਤਾ ਜਾਏਗਾ। ਕੱਲ੍ਹ ਨੂੰ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ। ਪਰਸੋਂ ਅੰਮ੍ਰਿਤ ਸੰਚਾਰ ਹੋਣਾ, ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਸਾਰੇ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ ਜਾਓ। ਸਾਨੂੰ ਤਾਂ ਮੁਫ਼ਤ ਮਿਲਦਾ ਪਿਆ ਹੈ, ਸਿੱਖਾਂ ਨੇ ਤਾਂ ਸਿਰ ਦੇ ਕੇ ਲਿਆ ਸੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੁੰਕਾਰ ਤੋਂ ਪ੍ਰਸਾਦ, ਆਨੰਦ ਪਿਆ ਮਰੀ ਮੈਂ ਸਤਿਗੁਰੂ ਮੈਂ ਪਾਈਆ, ਸਤਿਗੁਰ ਪਾ ਪਾਇਆ ਰਾਮ ਸੰਕਲ ਤੇਰੀ ਮਨ ਮਨ ਬਤਾ ਦੇ
ਪਾਸ਼ੀਆਂ ਚ ਕੋਈ ਵੀ ਸਤਿਗੁਰ ਪਾਤਸ਼ਾਹ ਚਾਹੁੰਦਾ ਕਲਯੁਗ ਤੋਂ ਸਤਯੁਗ ਕਰਕੇ ਰੱਖ ਦਿੰਦੇ ਖਾਲਸਾ ਜੀ। ਗੁਰੂ ਚਾਹੇ ਤਾਂ ਦੁਨੀਆਂ ਦਾ ਤਖਤਾ ਪਲਟ ਕੇ ਰੱਖ ਸਕਦਾ ਖਾਲਸਾ ਜੀ, ਮੁਰਦਿਆਂ ਨੂੰ ਜਿਉਂਦੇ ਕਰ ਦੇਣਾ। ਇਹ ਤਾਂ ਸਤਸੰਗ ਜਦੋਂ ਗੁਰੂ ਤੇ ਕਿੰਤੂ ਪ੍ਰੰਤੂ ਕਰਦੇ, ਸ਼ਰਧਾ ਕਿੱਥੇ ਰਹਿ ਗਈ? ਕਹਿ ਦਿਓ ਰਾਜੂ, ਸ਼ਰਧਾ ਕਿੱਥੇ ਰਹਿ ਗਈ? ਮਾਫ਼ ਕਰਨਾ, ਇੰਨੀ ਸ਼ਰਧਾ ਬਣਾਓ ਗੁਰੂ ਘਰ ਤੇ, ਇੰਨੀ ਸ਼ਰਧਾ, ਇੰਨੀ ਸ਼ਰਧਾ, ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸਨੀ ਆਵੇ। ਹਰ ਪ੍ਰਭ ਚੀਤ ਸੱਚੇ ਪਾਤਸ਼ਾਹ ਦੇ ਚਰਨਾਂ ਹੀ ਮੱਥਾ ਟੇਕਣ ਸਮੇਂ ਸੱਚੇ ਪਾਤਸ਼ਾਹ, ਮੇਰੀ ਦੁਨੀਆਂ ਤੇਰੇ ਨਾਲ ਵਸਦੀ ਹੈ, ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੈ। ਹੈ ਵੀ ਐਸਾ ਕਹਿਤ ਕਬੀਰ ਕੋਈ ਨਹੀਂ, ਤੇਰਾ ਹਲਕਾ ਨਮਕੀਨਾ ਜਪੇ ਸਵੇਰਾ ਹੁਣ ਅਰਦਾਸ ਹੋਵੇ। ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕੋ ਡਲ ਗੁਰ ਸੇਵੀਐ ਐਨੁਸ ਸਹਿਜ ਸੁਭਾਈ ਦਰਸ਼ਨ ਪਰਸੀ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੂਰਠ ਮਹਲਾ ਪੰਜਵਾ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ
ਕੋਈ ਗੁਣ ਨਦਾਨ ਭਗਤਨ ਕੋ ਬਰਤਨਾ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪੈ ਸੁਖ ਪਾਈਐ ਬਹੁੜ ਦੁਖ ਨਾ ਹੋਈਰਾ ਬੜ ਪਾਗੀ ਸਾਧ ਸੰਗ ਪ੍ਰਾਪਤ ਤੈਨ ਪੇਟਤ ਦੁਰਮਤ ਖੋਈ ਦਾਸ ਵਾਸ਼ੈ ਇਨ ਹਰ ਨਾਮ ਹਿਰਦੈ ਪਰੋਈ ਬੜ ਪਾਗੀ ਸਾਧ ਸੰਗ ਪ੍ਰਾਪਤ ਤੈਨ ਪੇਟਤ ਦੁਰਮਤ ਖੋਈ ਤੈਨ ਕੀ ਤੂਰ ਨਾਨਕ ਦਾਸ ਵਾਚੈ ਇਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਗੁਰੂਆਂ ਦੀ ਆਤਮਕ ਜੋਤ ਜਾਰਾ ਜਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਆਪ ਨੇ ਮਹਾਂਪੁਰਖਾਂ ਤੋਂ ਕੀਰਤਨ ਸਰਵਣ ਕੀਤਾ ਹੈ, ਉਹਨਾਂ ਦੇ ਬਚਨ ਸਰਵਣ ਕੀਤੇ ਹਨ। ਅਖੀਰ ਤੇ ਮਹਾਂਪੁਰਖਾਂ ਨੇ ਗੁਰਦੁਆਰੇ ਆਉਣ ਦੇ ਉੱਤੇ ਜ਼ੋਰ ਦਿੱਤਾ। ਗੁਰਦੁਆਰੇ ਵਿੱਚ ਅਸੀਂ ਆਉਂਦੇ ਹਾਂ, ਸਾਹਿਬਾਂ ਦੇ ਚਰਨਾਂ ਵਿੱਚ ਆਉਂਦੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ, ਕਿਸੇ ਕਵੀ ਨੇ ਵੀ ਲਿਖਿਆ ਹੈ, ਬੇਰੀ ਹੇਠ ਬੈਠੇ ਗੁਰੂ ਬੇਰੀ ਵੀ ਨਿਹਾਲ ਹੋਈ, ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਮਦਾਰ, ਅੱਕਾਂ ਦੀਆਂ ਖੱਖੜੀਆਂ ਵੀ ਦੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਂਦਾ, ਕਿੱਕਰਾਂ ਤੋਂ ਚੜਵਾਈਆਂ ਮਠਿਆਈਆਂ ਮੇਰੇ ਸਤਿਗੁਰਾਂ, ਕਿੱਕਰਾਂ ਤੋਂ ਚੜਵਾਈਆਂ ਮਠਿਆਈਆਂ ਮੇਰੇ ਸਤਿਗੁਰਾਂ, ਖਾਰਾ ਪਾਣੀ ਚਰਨ ਛੋਹਾਂ ਨਾਲ ਮਿੱਠਾ ਹੋਏ ਜਾਂਦਾ, ਪਸ਼ੂ ਪੰਛੀ ਰਾਕਸ਼ ਵੀ ਤਾਰੇ ਮੇਰੇ ਸਤਿਗੁਰੂ, ਬੰਦਾ ਕਿਉਂ ਨਾ ਤਰੇ ਜਿਹੜਾ ਸ਼ਰਨ ਗੁਰੂ ਆਉਂਦਾ। ਜੇ ਅਸੀਂ ਸੱਚੇ ਇਰਾਦੇ ਨਾਲ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਮਹਾਂਪੁਰਖਾਂ ਦੇ ਬਚਨਾਂ ਨੂੰ ਅਪਣਾ ਲਈਏ ਤੇ ਕਦੇ ਵੀ ਮੰਨੇ ਇਨਸਾਨ ਨੂੰ ਦੁੱਖ ਤਕਲੀਫ ਕੋਈ ਵੀ ਆ ਜਾਵੇ, ਕਦੇ ਵੀ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋ ਸਕਦੀ, ਕਿਉਂਕਿ ਸਾਡੇ ਗੁਰੂਆਂ ਨੇ ਤਤੀਆਂ ਤਵੀਆਂ ਤੇ ਬਹਿ ਕੇ ਵੀ ਇਹ ਕਿਹਾ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ।